ਸਤਿ ਸ਼੍ਰੀ ਅਕਾਲ ਜਸ ਪੰਜਾਬੀ ਤੇ ਪੰਜਾਬ ਬੋਲਦਾ ਵੇਖ ਰਹੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਮੈਂ ਹਾਂ ਕੁਲਵਿੰਦਰ ਸਿੰਘ। ਕਿਸਾਨਾਂ ਦੀ ਕਰਜ਼ ਮਾਫੀ, ਘਰ ਘਰ ਰੁਜ਼ਗਾਰ, ਇਸ ਤੋਂ ਇਲਾਵਾ ਬਿਜਲੀ ਦੀਆਂ ਕੀਮਤਾਂ ਘੱਟ ਕਰਨੀਆਂ ਤੇ ਬੇਰੋਜ਼ਗਾਰ ਨੌਜਵਾਨਾਂ ਨੂੰ 2500 ਰੁਪਏ ਹਰ ਮਹੀਨੇ ਦੇਣਾ, ਇਹ ਵੱਡੇ ਵਾਅਦੇ ਸੀ ਕਾਂਗਰਸ ਦੀ ਕੈਪਟਨ ਸਰਕਾਰ ਦੇ ਜਦੋਂ 2017 ਦੇ ਵਿੱਚ ਸਰਕਾਰ ਸੱਤਾ 'ਚ ਆਈ ਸੀ। ਕਾਂਗਰਸ ਸਰਕਾਰ ਦੇ 3 ਸਾਲ ਪੂਰੇ ਹੋ ਚੁੱਕੇ ਨੇ ਤੇ ਇਹਨਾਂ 3 ਸਾਲਾਂ ਦੇ ਵਿੱਚ ਇਹ ਜੋ ਵੱਡੇ ਵਾਅਦੇ ਨੇ ਇਹ ਕਿੰਨੇ ਕੁ ਪੂਰੇ ਹੋਏ ਨੇ ਤੇ ਕਿੰਨੇ ਕੁ ਵਾਅਦੇ ਹਾਲੇ ਵੀ ਅਧੂਰੇ ਪਏ ਨੇ। ਸਰਕਾਰ ਦੀ 3 ਸਾਲਾਂ ਦੀ ਕਾਰਗੁਜ਼ਾਰੀ ਨੂੰ ਸੂਬੇ ਦੇ ਲੋਕ ਕਿਸ ਤਰੀਕੇ ਨਾਲ ਵੇਖਦੇ ਨੇ, ਇਸੇ ਦੇ ਉੱਤੇ ਅੱਜ ਪੰਜਾਬ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ। ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਹਨਾਂ 3 ਸਾਲਾਂ ਦੇ ਵਿੱਚ ਕੈਪਟਨ ਸਾਹਿਬ ਨੇ ਆਪਣੇ ਕਿੰਨੇ ਕੁ ਵਾਅਦੇ ਪੂਰੇ ਕੀਤੇ ਨੇ ਅਤੇ ਲੋਕਾਂ ਨੂੰ ਕਿੰਨੀ ਕੁ ਰਾਹਤ ਮਿਲੀ ਹੈ, ਪੰਜਾਬ ਨੇ ਕਿੰਨੀ ਕੁ ਤਰੱਕੀ ਕੀਤੀ ਹੈ। ਅਤੇ ਇਸ ਵੇਲੇ ਅਸੀਂ ਮੁੱਲਾਂਪੁਰ ਦੇ ਵਿੱਚ ਮੌਜੂਦ ਹਾਂ ਜੀ। ਕੈਪਟਨ ਸਰਕਾਰ ਦੇ 3 ਸਾਲਾਂ ਦੇ ਉੱਤੇ ਲੋਕਾਂ ਨਾਲ ਗੱਲਬਾਤ ਕਰ ਰਹੇ ਹਾਂ, ਲੋਕਾਂ ਦੀ ਰਾਏ ਜਾਣ ਰਹੇ ਹਾਂ ਕਿ ਸਰਕਾਰ ਦੇ 3 ਸਾਲ ਦੇ ਕੰਮਕਾਜ ਨੂੰ ਲੋਕ ਕਿਸ ਤਰੀਕੇ ਨਾਲ ਵੇਖਦੇ ਨੇ। ਭਾਅ ਜੀ ਕੀ ਨਾਂ ਤੁਹਾਡਾ? ਨਾਮ ਬਲਵਿੰਦਰ ਸਿੰਘ ਹੈ ਜੀ ਮੇਰਾ। ਭਾਅ ਜੀ ਤੁਸੀਂ ਦੱਸੋ, 3 ਸਾਲ ਹੋ ਗਏ ਕੈਪਟਨ ਸਾਹਿਬ ਦੀ ਸਰਕਾਰ ਨੂੰ, ਜੋ ਵਾਅਦੇ ਕਰੇ ਸੀ ਕੈਪਟਨ ਸਾਹਿਬ ਨੇ ਉਹ ਕਿੰਨੇ ਕੁ ਪੂਰੇ ਕੀਤੇ ਆ, ਕਿੰਨਾ ਕੁ ਕੰਮ ਹੋਇਆ 3 ਸਾਲਾਂ 'ਚ? 3 ਸਾਲ 'ਚ ਸਾਨੂੰ ਤਾਂ ਕਿਤੇ ਨਜ਼ਰ ਨਹੀਂ ਆਏ ਜੀ, ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀ ਕੋਈ ਵੀ ਪੂਰਾ ਨਹੀਂ ਹੋਇਆ 3 ਸਾਲ 'ਚ। ਪਿਛਲੀ ਵਾਰੀ ਵੀ ਜਦੋਂ ਇਹਨਾਂ ਦੀ ਕੈਪਟਨ ਸਾਹਿਬ ਦੀ ਸਰਕਾਰ ਆਈ ਆ ਉਦੋਂ ਵੀ ਇਹਨਾਂ ਨੇ ਕੁਛ ਨਹੀਂ ਕੀਤਾ, ਬਣ ਕੇ ਆਪਣੀ ਸੀਟ ਲੈ ਕੇ ਬਹਿ ਗਏ ਅੰਦਰ, ਅਤੇ ਉਸ ਤੋਂ ਬਾਅਦ 'ਚ ਵੀ ਹੁਣ ਵੀ ਸੈਕਿੰਡ ਟਾਈਮ ਵੀ ਆਇਆ, ਕੁਛ ਨਹੀਂ ਕੀਤਾ ਇਹਨਾਂ ਨੇ ਜੀ। ਬਹੁਤ ਸਾਰੇ ਵੱਡੇ ਵਾਅਦੇ ਗੱਲਾਂ ਜਿਹੜੀਆਂ ਕਹੀਆਂ ਗਈਆਂ ਸੀ ਜਦੋਂ ਚੋਣਾਂ ਤੋਂ ਪਹਿਲਾਂ, ਇੱਕ ਤਾਂ ਕਿਸਾਨਾਂ ਦੀ ਕਰਜ਼ ਮਾਫੀ ਅਸੀਂ ਕਰਾਂਗੇ, ਇਸ ਤੋਂ ਇਲਾਵਾ ਰੁਜ਼ਗਾਰ ਕਿਹਾ ਗਿਆ ਸੀ ਕਿ ਘਰ ਘਰ ਦੇ ਵਿੱਚ ਰੁਜ਼ਗਾਰ ਦੇਵਾਂਗੇ, ਸਰਕਾਰ ਰੁਜ਼ਗਾਰ ਮੇਲੇ ਵੀ ਲਾਉਂਦੀ ਰਹੀ ਹੈ, ਕਿੰਨਾ ਕੁ ਲੱਗਦਾ ਹੈ ਕਿ ਉਸ ਤੋਂ ਕੋਈ ਆਊਟਪੁੱਟ ਆਈ ਹੈ? ਉਸ ਤੋਂ ਕੋਈ ਆਊਟਪੁੱਟ ਨਹੀਂ ਆਈ ਜੀ, ਬੇਰੁਜ਼ਗਾਰ ਉੱਦਾਂ ਹੀ। ਹੁਣ ਦੇਖੋ ਅਧਿਆਪਕਾਂ ਨੇ ਲਾਈ ਅਸੀਂ ਭਾਖੜੇ ਦੇ ਵਿੱਚ ਛਾਲ ਮਾਰੀ ਅਧਿਆਪਕਾਂ ਨੇ, ਕਿੰਨਾ ਬੁਰਾ ਹਾਲ ਆ, ਬੇਰੁਜ਼ਗਾਰੀ ਵਧੀ ਹੈ ਜੀ, ਘਟੀ ਨਹੀਂ ਹੈ। ਕੁਛ ਜਿੰਨਾ ਸੋਚਿਆ ਸੀ ਅਸੀਂ ਕਾਂਗਰਸ ਸਰਕਾਰ ਤੋਂ, ਜੋ ਉਮੀਦ ਸੀ ਉਹ ਪੂਰੀ ਨਹੀਂ ਹੋਈ ਜੀ। ਭਾਅ ਜੀ ਵੱਡਾ ਮਸਲਾ ਸੀਗਾ ਵੀ ਬੇਅਦਬੀਆਂ ਜਿਹੜੀਆਂ ਹੋਈਆਂ ਸੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਅਤੇ ਜਿਹੜਾ ਬਰਗਾੜੀ ਦੇ ਵਿੱਚ ਗੋਲੀ ਕਾਂਡ ਹੋਇਆ, ਉਹ ਬੜਾ ਵੱਡਾ ਮਸਲਾ ਸੀ, ਹਾਲੇ ਵੀ ਉਹ ਮਸਲੇ ਲਟਕੇ ਹੋਏ ਆ, ਕਦੇ ਕੇ CBI ਦੇ ਕੋਲ ਚਲਾ ਗਿਆ, ਕਦੇ SIT ਦੇ ਕੋਲ ਆ ਗਿਆ, ਉਹਨਾਂ ਬਾਰੇ ਤੁਸੀਂ ਕੀ ਸੋਚਦੇ ਹੋ? ਕੋਈ ਉਮੀਦ ਹੈ ਸਿੱਖਾਂ ਨੂੰ ਕਿ ਸਿੱਖ ਭਾਈਚਾਰੇ ਨੂੰ ਕਿ ਇਨਸਾਫ ਮਿਲੇਗਾ ਇਸ ਸਰਕਾਰ 'ਚ? ਦੇਖੋ ਜੀ, ਬਾਦਲ ਸਰਕਾਰ ਸੀ ਜਦੋਂ, ਉਸ ਟਾਈਮ ਸੀ ਬਰਗਾੜੀ ਕਾਂਡ ਹੋਇਆ, ਇਹ ਸੀ ਆਸ ਕਿ ਜਦੋਂ ਕਾਂਗਰਸ ਸਰਕਾਰ ਆਊਗੀ ਇਹਦਾ ਚੱਠਾ ਸਾਹਮਣੇ ਆਊਗਾ ਸਾਰੀ ਪਬਲਿਕ ਦੇ, ਪਰ 3 ਸਾਲ ਹੋ ਗਏ ਕੁਛ ਵੀ ਸਾਹਮਣੇ ਨਹੀਂ ਆਇਆ, ਕੁਛ ਵੀ ਕਲੀਅਰ ਨਹੀਂ ਹੋਇਆ, ਉਹ ਉੱਦਾਂ ਦਾ ਉੱਦਾਂ ਹੀ ਕੇਸ ਉੱਦਾਂ ਹੀ ਬੰਦ ਪਿਆ ਜੀ, ਕੁਛ ਨਹੀਂ ਉਹਦੀ ਸੁਣਵਾਈ ਨਹੀਂ ਹੋਈ, ਕੁਛ ਸਾਨੂੰ ਤਾਂ ਕੁਛ ਨਹੀਂ ਨਜ਼ਰ ਆ ਰਿਹਾ ਜੀ। 2 ਸਾਲਾਂ 'ਚ ਕੋਈ ਉਮੀਦ ਹੈ ਆਉਣ ਵਾਲੇ ਸਮੇਂ 'ਚ? ਦੇਖੋ ਸਾਨੂੰ ਤਾਂ ਨਹੀਂ ਲੱਗਦਾ ਕੁਛ, ਅਸੀਂ ਤਾਂ ਇਹ ਚਾਹੁੰਦੇ ਹਾਂ ਕੈਪਟਨ ਸਰਕਾਰ ਨੂੰ ਵੀ ਲੈਸਨ ਲੈਣਾ ਚਾਹੀਦਾ, ਦਿੱਲੀ ਜੋ ਹੋਇਆ ਦੇਖੋ, ਕੰਮ ਇੰਨਾ ਕੀਤਾ ਉਹਨਾਂ ਦੀ, ਫਿਰ ਮੁੜ ਕੇ ਸਰਕਾਰ ਆ ਗਈ, ਅਤੇ ਕੈਪਟਨ ਸਰਕਾਰ ਨੂੰ ਵੀ ਕੰਮ ਕਰਨਾ ਚਾਹੀਦਾ ਆ। ਬੁਰਾ ਹਾਲ ਆ ਪਿੰਡਾਂ ਦੇ ਵਿੱਚ ਜਾ ਕੇ ਦੇਖੋ, ਬੇਰੁਜ਼ਗਾਰੀ ਇੰਨੀ ਜ਼ਿਆਦਾ ਆ, ਕੋਈ ਜਿਹੜੇ ਦੁਕਾਨਦਾਰ ਆ ਜਾਂ ਜਿੱਦਾਂ ਸਾਡੇ ਛੋਟੇ ਦੁਕਾਨਦਾਰ ਆ, ਉਹਨਾਂ ਬਾਰੇ ਵੀ ਕੁਛ ਨਹੀਂ ਸੋਚਿਆ ਜੀ, ਬੁਰਾ ਹਾਲ ਆ। GST ਵੱਧ ਗਈਆਂ ਅਤੇ ਕੰਮ ਅੱਗੇ ਤੋਂ ਅੱਗੇ ਡਾਊਨ ਹੋਈ ਜਾਂਦੇ ਆ। ਸਾਨੂੰ ਬਹੁਤ ਉਮੀਦ ਸੀ ਕਾਂਗਰਸ ਸਰਕਾਰ ਤੋਂ ਤਾਂ, ਪਰ ਕੋਈ ਪੂਰੇ ਨਹੀਂ ਉਤਰੀ ਕਾਂਗਰਸ ਸਰਕਾਰ ਉਸ ਦੇ ਉੱਪਰ। ਅਤੇ ਕੈਪਟਨ ਸਰਕਾਰ ਦੇ 3 ਸਾਲ 'ਤੇ ਗੱਲ ਅਸੀਂ ਕਰ ਰਹੇ ਹਾਂ ਜੀ ਲੋਕਾਂ ਦੇ ਨਾਲ, ਲੋਕਾਂ ਦੇ ਕੀ ਵਿਚਾਰ ਹੈ, ਕਿੰਨਾ ਕੰਮ ਹੈ? ਭਾਅ ਜੀ ਕੀ ਨਾਂ ਤੁਹਾਡਾ? ਪਰਮਿੰਦਰ ਸਿੰਘ ਜੀ। ਭਾਅ ਜੀ ਦੱਸੋ, 3 ਸਾਲ ਹੋ ਗਏ ਕੈਪਟਨ ਸਾਹਿਬ ਨੂੰ, ਕੋਈ ਕਿੰਨੇ ਕੰਮ ਕੀਤੇ, ਕਿੰਨੇ ਕੁ ਵਾਅਦੇ ਪੂਰੇ ਕੀਤੇ? ਨਹੀਂ, ਵਾਅਦਾ ਤਾਂ ਕੋਈ ਨਹੀਂ ਪੂਰਾ ਕਰਿਆ ਜੀ, ਅਤੇ ਕੋਈ ਮਤਲਬ ਕੋਈ ਰੁਜ਼ਗਾਰ ਨਹੀਂ ਹੈ ਬੱਚਿਆਂ ਨੂੰ ਜੀ, ਅਤੇ ਸਾਰੇ ਬੱਚੇ ਬਾਹਰ ਜਾ ਰਹੇ ਵਿਦੇਸ਼ ਆਈਲੈਂਡਸ ਕਰਕੇ, ਅਤੇ ਬਾਕੀ ਇਹ ਸਰਕਾਰ ਇੱਕ ਮੇਲੇ ਲਾ ਰਹੀ ਸੀ, ਲੱਗਦਾ ਕੋਈ ਨਿਕਲਿਆ ਉਹਨਾਂ 'ਚ ਕੁਛ ਕੰਮ ਹੋਇਆ? ਉਹ ਤਾਂ ਪ੍ਰਾਈਵੇਟ ਕੰਪਨੀ ਆ, ਉਹ ਤਾਂ ਆਮ ਵੀ ਲੈ ਲਓ ਚਾਹੇ ਜਾ ਕੇ ਤੁਸੀਂ, ਉਹ ਤਾਂ ਪ੍ਰਾਈਵੇਟ ਕੰਪਨੀਆਂ ਦਿੰਦੀਆਂ ਜੀ, 10-11 ਹਜ਼ਾਰ ਰੁਪਈਏ ਪਰ, 9 ਹਜ਼ਾਰ 10 ਹਜ਼ਾਰ ਪਰ, 12 ਹਜ਼ਾਰ ਪਰ। ਉਹ ਤਾਂ ਕਿਤੇ ਤੁਸੀਂ ਜੋਬ ਕਰ ਲਓ, ਡਰਾਈਵਰੀ ਦੀ ਗੱਡੀ ਕਿਸੇ 'ਚ ਲਾ ਲਓ ਤਾਂ ਮਿਲ ਜਾਂਦੀ ਹੈ। ਸਰਕਾਰ ਸਿਰਫ ਬੜਾ ਨਾਂ ਲਾ ਰਹੀ ਹੈ, ਉਹ ਤਾਂ ਆਪਣੇ ਨਾਮ 'ਤੇ ਕਰ ਰਹੇ ਵੀ ਅਸੀਂ ਦੇ ਹਾਂ ਜੀ। ਅੱਛਾ, ਕਿਸਾਨਾਂ ਬਾਰੇ ਦੱਸੋ ਭਾਅ ਜੀ, ਵੀ ਕਿਸਾਨਾਂ ਦਾ ਜੀ ਬੜਾ ਮਸਲਾ ਪੰਜਾਬ 'ਚ, ਖੁਦਕੁਸ਼ੀਆਂ ਕਰ ਰਿਹਾ ਕਿਸਾਨ, ਕਿਸਾਨੀ ਘਾਟੇ 'ਚ ਜਾ ਰਹੀ ਹੈ, ਅਤੇ ਉਹਦੇ ਬਾਰੇ ਦੱਸੋ, ਜੋ ਵਾਅਦਾ ਹੋਇਆ ਸੀ ਕਰਜ਼ ਮਾਫੀ ਦਾ, ਉਹ ਕਿੰਨਾ ਕੁ ਪੂਰਾ ਹੋਇਆ? ਉਹ ਕਹਿ ਰਹੇ ਕਿ ਅਸੀਂ ਕਰਜ਼ੇ ਮਾਫ ਕਰੇ ਆ ਲੋਕਾਂ ਦੇ, ਕਰੇ ਹਾਂ ਥੋੜ੍ਹੇ ਥੋੜ੍ਹੇ ਕਰਦੇ, ਮਤਲਬ ਅਗਲੇ ਨੂੰ ਉੱਦਾਂ ਇੱਕ ਦੇ ਆਪਾਂ ਨੇ ਵੀ ਚਲੋ ਥੋੜ੍ਹਾ ਜਿਹਾ ਕਰਤੇ ਆ, ਬਾਕੀ ਖਤਮ ਹੈ ਹੁਣ, ਬਾਕੀ ਦੇਖੋ ਹੁਣ ਕਿ ਅੱਗੇ ਕਰ। ਕੋਈ ਫਾਇਦਾ ਨਹੀਂ ਹੋਇਆ? ਕਿਆ ਫਾਇਦਾ ਹੋਇਆ, ਮਰ ਤਾਂ ਫੇਰ ਰਹੇ ਉੱਦਾਂ ਵਿਚਾਰੇ ਜ਼ਿਮੀਂਦਾਰ, ਉੱਦਾਂ ਹੀ ਫੇਰ ਖੁਦਕੁਸ਼ੀਆਂ ਕਰ ਰਹੇ ਹਾਂ। ਕੋਈ ਉਮੀਦ ਹੈ ਅਗਲੇ 2 ਸਾਲਾਂ 'ਚ, ਕੋਈ ਉਮੀਦ ਹੈ ਮਾੜੀ ਮੋਟੀ ਕੋਈ ਕੰਮ ਹੋ ਜੂਗਾ? ਜਿਸ ਤਰ੍ਹਾਂ ਕਹਿ ਰਹੇ ਹਾਂ ਉਮੀਦ ਤਾਂ ਹੈਗੀ, ਬਾਕੀ ਦੇਖੋ ਹੁਣ ਅੱਗੇ ਕਿਆ ਕਰ ਰਹੇ ਹੈ, ਹੁਣ ਬਾਕੀ ਦਾ ਕਹਿ ਨਹੀਂ ਸਕਦੇ ਆਪਾਂ। ਬਾਕੀ ਮੋਬਾਈਲ ਫੋਨ 'ਤੇ ਉਹ ਕਰੋਨਾ ਦੇ ਵਾਇਰਸ 'ਚ ਆ ਗਏ, ਉਹ ਕਹਿੰਦੇ ਆ ਹਾਂ ਉਹਦੇ ਵਿੱਚ ਨਹੀਂ ਆਉਣੇ ਜੀ, ਹੁਣ 3 ਸਾਲ 'ਚ ਉਨੀ ਦੇ ਇਹਨਾਂ ਨੇ ਉਹ। ਬਾਕੀ ਥੋੜ੍ਹਾ ਜੀ ਇਹ ਬਿਜਲੀ ਦੇ ਸਭ ਤੋਂ ਮਹਿੰਗੀ ਬਿਜਲੀ ਆ ਉਰੇ ਜੀ, ਰੇਤਾਂ ਦਾ ਦੇਖ ਲਓ ਕਿੰਨਾ ਬੁਰਾ ਹਾਲ ਆ, ਰੇਤ ਕਿੰਨੀ ਮਹਿੰਗੀ ਹੈ। ਬਿਜਲੀ ਦਾ ਦੱਸੋ ਵੀ ਕਿਉਂ ਲੱਗਦਾ ਵੀ ਇੱਕ ਤਾਂ ਇਲਜ਼ਾਮ ਲਾਉਂਦੇ ਆਮ ਆਦਮੀ ਪਾਰਟੀ ਵਾਲੇ ਕਿ ਜਿੱਦਾਂ ਪਹਿਲਾਂ ਅਕਾਲੀਆਂ ਦਾ ਸਮਝੌਤਾ ਸੀ, ਹੁਣ ਕੈਪਟਨ ਸਾਹਿਬ ਦਾ ਸਮਝੌਤਾ ਹੋ ਗਿਆ ਥਰਮਲ ਪਲਾਂਟ ਵਾਲੇ? ਇਹ ਇਲਜ਼ਾਮਬਾਜ਼ੀ ਹੋਈ ਜੀ ਇਹਨਾਂ ਦੀ, ਹੋਰ ਕਿਆ, ਉੱਥੇ ਹੋਰ ਤਾਂ ਕੁਛ ਨਹੀਂ, ਇੱਕ ਦੋ ਟਾਈਮ ਟਪਾ ਰਹੇ ਹੁਣ 5 ਸਾਲ ਪੂਰੇ ਕਰਕੇ, ਉਹਦੇ ਬਾਅਦ ਦੇਖੀ ਜਾਊਗੀ।
ਆਪਣਾ ਲਾ ਲਓ ਤੁਸੀਂ ਲਗਭਗ 300 ਕਿਲੋਮੀਟਰ ਦੂਰ ਜਾ ਕੇ ਬਿਜਲੀ 2.5 ਰੁਪਏ 3 ਰੁਪਏ ਹੈਗੀ ਹੈ, ਅਤੇ ਪੰਜਾਬ 'ਚ 10 ਰੁਪਏ 9 ਰੁਪਏ ਕਿਉਂ ਹੈ? ਇਹ ਘੱਟ ਹੋਣੀ ਚਾਹੀਦੀ ਹੈਗੀ ਹੈ, ਠੀਕ ਹੈ ਜੀ। ਚਲੋ ਗੌਰਮੈਂਟ ਫ੍ਰੀ ਨਾ ਦੇਵੇ 2.5-3 ਰੁਪਏ ਲੈ ਲਵੇ ਤਾਂ ਬਿਲਕੁਲ ਜਾਇਜ਼ ਹੈਗਾ, ਨਹੀਂ ਨਹੀਂ ਲੋਕਾਂ ਨਾਲ ਧੱਕਾ ਹੈਗਾ। ਕਿਉਂ ਲੱਗਦਾ ਕੈਪਟਨ ਸਾਹਿਬ ਪਹਿਲਾਂ ਜਾਖੜ ਸਾਹਿਬ ਵੀ ਕਹਿੰਦੇ ਸੀ ਜਦੋਂ ਵੋਟਾਂ ਸੀਗੀਆਂ ਘੱਟ ਕਰਾਂਗੇ? ਪਤਾ ਹੈਗਾ ਇਸ ਤਰ੍ਹਾਂ ਨਾ, ਹੁਣ ਕੈਪਟਨ ਸਾਹਿਬ ਕੀ ਕਰਨਗੇ, ਕੈਪਟਨ ਸਾਹਿਬ ਤੋਂ ਪਹਿਲਾਂ ਹੀ ਮਹਿੰਗੀ ਹੋਈ ਹੋਈ ਹੈ ਬਿਜਲੀ ਦਾ ਉਹ। ਪਰ ਚਲੋ ਜਿਹੜੇ ਸਮਝੌਤੇ ਹੋਏ ਸੀ, ਤੁਹਾਨੂੰ ਲੱਗਦਾ ਕਿ ਉਹ ਰਿਵਿਊ ਤਾਂ ਕਰਨੇ ਚਾਹੀਦੇ, ਸਰਕਾਰ ਨੂੰ ਦੇਖਣੇ ਚਾਹੀਦੇ ਕਿ ਗਲਤੀ ਕਿੱਥੇ ਹੋਈ ਹੈ? ਜਿਹੜੀ ਘੱਟ ਤਾਂ ਹੋਣੇ ਚਾਹੀਦੇ ਰੇਟ ਸਮਝੌਤੇ ਹੋਏ ਆ, ਚਲੋ ਜਿੰਨਾ ਹੋ ਸਕਦਾ ਪਬਲਿਕ ਵਾਸਤੇ ਮਦਦ ਹੋਣੀ ਕਰਨੀ ਚਾਹੀਦੀ ਹੈ ਗੌਰਮੈਂਟ ਨੂੰ, ਠੀਕ ਹੈ ਜੀ। ਬਾਕੀ ਰਹੀ ਨੌਕਰੀਆਂ ਦੀ ਗੱਲ, ਨੌਕਰੀ ਤਾਂ ਗੌਰਮੈਂਟ ਨੂੰ ਦੇਣੀਆਂ ਚਾਹੀਦੀਆਂ ਹੈਗੀਆਂ, ਅਤੇ ਸਰਕਾਰ ਨੇ ਦਿੱਤੀ ਹੈ ਤੁਹਾਨੂੰ ਲੱਗਦਾ ਸਰਕਾਰ ਰੁਜ਼ਗਾਰ ਮਿਲੇ ਲਾਏ? ਜ਼ਿਆਦਾਤਰ ਸਰਕਾਰੀ ਜੌਬ ਤਾਂ ਘੱਟ ਹੀ ਹੈਗੀਆਂ, ਘੱਟ ਹੀ ਦਿੱਤੀਆਂ ਗੌਰਮੈਂਟ ਨੇ, ਅਤੇ ਹੋਣੀਆਂ ਚਾਹੀਦੀਆਂ, ਨਿਕਲਣੀਆਂ ਚਾਹੀਦੀਆਂ, ਬੰਦਿਆਂ ਨੂੰ ਮਿਲਣੀਆਂ ਚਾਹੀਦੀਆਂ ਹੈਗੀਆਂ। ਬੱਚੇ ਬਹੁਤ ਜ਼ਿਆਦਾ ਪਰੇਸ਼ਾਨ ਹੈਗੇ, ਪੜ੍ਹੇ ਲਿਖੇ ਫਿਰਦੇ ਹੈਗੇ ਲੋਕ, ਠੀਕ ਹੈ ਜੀ। ਅਤੇ ਹੋਰ ਲੱਗਦਾ ਵੀ ਜੇ ਰੁਜ਼ਗਾਰ ਸਰਕਾਰ ਦੇ ਦਿੰਦੀ ਤਾਂ ਆਉਣ ਵਾਲੇ ਟਾਈਮ 'ਚ ਕੈਪਟਨ ਸਰਕਾਰ ਲਈ ਵਾਪਸੀ ਸੌਖੀ ਹੋ ਜਾਂਦੀ ਥੋੜ੍ਹੀ ਜਿਹੀ ਲੋਕਾਂ ਨੂੰ ਰੁਜ਼ਗਾਰ ਦੇਵੇ ਤਾਂ? ਹਾਂਜੀ ਬਿਲਕੁਲ, ਜੇ ਕੰਮ ਨੂੰ ਵੋਟਾਂ ਜੀ, ਦਿੱਲੀ ਵਿੱਚ ਕੰਮ ਨੂੰ ਵੋਟਾਂ ਪਈਆਂ, ਦਿੱਲੀ 'ਚ ਕੰਮ ਨੂੰ ਵੋਟਾਂ ਪਈਆਂ, ਹੁਣ ਤੁਸੀਂ ਉਰੇ ਜੇ ਕੰਮ ਵਧੀਆ ਕਰੋਗੇ, ਇੱਥੇ ਕੋਈ ਜ਼ਰੂਰੀ ਤਾਂ ਨਹੀਂ ਵੀ ਬਾਦਲ ਅਕਾਲੀ ਦਲ ਆਵੇ ਜਾਂ ਆਮ ਆਦਮੀ ਪਾਰਟੀ ਆਵੇ, ਜਿਹੜੀ ਪਾਰਟੀ ਚੰਗਾ ਕੰਮ ਕਰੂਗੀ ਉਹਨੂੰ ਵੋਟਾਂ ਪੈਣੀਆਂ ਅੱਗੇ ਨੂੰ, ਤਾਂ ਲੋਕ ਪੜ੍ਹੇ ਲਿਖੀ ਜਨਰੇਸ਼ਨ ਹੈ, ਸਭ ਸਮਝਦੇ ਹੈ, ਅੱਗੇ ਸਮਝਾਈ ਜਾਂਦੇ ਤੇ ਪੰਥ ਦੇ ਨਾਂ 'ਤੇ ਵੋਟਾਂ ਲੈ ਲਓ ਜੀ ਕਾਂਗਰਸ ਦੇ, ਇੱਦਾਂ ਹੁਣ ਲੋਕ ਅੱਗੇ ਪੜ੍ਹੇ ਲਿਖੇ ਹੋ ਗਏ, ਹੁਣ ਇਹ ਚੀਜ਼ਾਂ 'ਤੇ ਲੋਕ ਸਮਝ ਗਏ ਵੀ ਇਹ ਸਾਨੂੰ ਸ਼ੋਸ਼ੇਬਾਜ਼ੀਆਂ, ਸਾਨੂੰ ਇਹ ਝੂਠੇ ਵਾਅਦੇ ਕਰ ਰਹੇ ਹੈ, ਪਰ ਹੁਣ ਜਿਹੜੇ ਪਾਰਟੀ ਆਊਗੀ ਵਾਅਦੇ ਸੋਚ ਸਮਝ ਕੇ ਕਰੂਗੀ ਜਾਂ ਕੋਈ ਜਿਹੜੇ ਵਾਅਦੇ ਪੂਰੇ ਕਰੂਗੀ ਉਸ ਨੂੰ ਵੋਟ ਪੈਣੀ ਹੈ ਹੁਣ, ਨਹੀਂ ਅੱਗੇ ਨੂੰ ਇੱਦਾਂ ਨਹੀਂ ਹੈ ਜੀ। ਅਤੇ ਲੋਕਾਂ ਦਾ ਇਹ ਕਹਿਣਾ ਹੈ ਜੀ ਕਿ ਜੋ ਵੀ ਪਾਰਟੀ ਕੰਮ ਕਰੇਗੀ, ਬੇਸ਼ੱਕ ਉਹ ਕੈਪਟਨ ਸਾਹਿਬ ਹੋਣ ਜਾਂ ਆਮ ਆਦਮੀ ਪਾਰਟੀ ਹੋਵੇ, ਜੋ ਵੀ ਪਾਰਟੀ ਹੋਵੇ, ਜੇਕਰ ਉਹ ਕੰਮ ਕਰੇਗੀ ਕਿਉਂਕਿ ਲੋਕ ਹੁਣ ਕੰਮ ਨੂੰ ਤਰਜੀਹ ਦੇਣਗੇ, ਵਾਅਦੇ ਜਿਹੜੇ ਨੇ ਬਹੁਤ ਹੋ ਚੁੱਕੇ ਨੇ, ਵਾਰ ਵਾਰ ਸਰਕਾਰਾਂ ਵੱਡੇ ਵੱਡੇ ਵਾਅਦੇ ਕਰਦੀਆਂ ਨੇ, ਵੱਡੇ ਵੱਡੇ ਮੈਨੀਫੈਸਟੋ ਬਣਾਉਂਦੀਆਂ ਨੇ, ਕਾਂਗਰਸ ਸਰਕਾਰ ਨੇ ਵੀ ਮੈਨੀਫੈਸਟੋ ਬਣਾਇਆ ਸੀ, ਕਈ ਵੱਡੇ ਵਾਅਦੇ ਸੀਗੇ, ਕਿਸਾਨਾਂ ਦੀ ਕਰਜ਼ ਮਾਫੀ ਕਰਨੀ ਸੀ, ਉਸ ਕਰਜ਼ ਮਾਫੀ ਦੇ ਵਿੱਚ ਕਿਸਾਨ ਖੁਦਕੁਸ਼ੀਆਂ ਹਾਲੇ ਵੀ ਜਾਰੀ ਨੇ, ਕਿਸਾਨਾਂ ਨੂੰ ਘਾਟਾ ਹਾਲੇ ਵੀ ਹੋ ਰਿਹਾ ਖੇਤੀ ਦੇ ਵਿੱਚ, ਨੌਜਵਾਨ ਜਿਹੜੇ ਨੇ ਉਹ ਲਗਾਤਾਰ ਵਿਦੇਸ਼ਾਂ ਨੂੰ ਜਾ ਰਹੇ ਨੇ, ਆਈਲੈਟਸ ਕਰਕੇ ਪੰਜਾਬ ਦੀ ਜਵਾਨੀ ਜਿਹੜੀ ਹੈ, ਜੋ ਨੌਜਵਾਨ ਪੰਜਾਬ ਦੇ ਵਿੱਚ ਚੰਗਾ ਕੋਈ ਕਿੱਤਾ ਕਰ ਸਕਦੇ ਸੀ, ਉਹ ਹੁਣ ਵਿਦੇਸ਼ਾਂ ਦੇ ਵਿੱਚ ਜਾ ਕੇ ਉੱਥੋਂ ਆਪਣੀਆਂ ਸੇਵਾਵਾਂ ਜਿਹੜੀਆਂ ਦੇ ਰਹੇ ਨੇ। ਸਰਕਾਰ ਨੂੰ ਚਾਹੀਦਾ ਹੈ ਕਿ ਜੋ ਵਾਅਦੇ ਕੀਤੇ ਨੇ ਉਹਨਾਂ ਨੂੰ ਪੂਰਾ ਕਰੇ, ਜੇਕਰ ਕੈਪਟਨ ਸਰਕਾਰ ਵੀ ਆਪਣੀ ਵਾਪਸੀ ਚਾਹੁੰਦੀ ਹੈ ਤਾਂ ਉਸਨੇ ਜੋ ਵਾਅਦੇ ਕੀਤੇ ਨੇ ਉਸਨੂੰ ਪੂਰੇ ਕਰਨੇ ਪੈਣਗੇ। 2 ਸਾਲਾਂ ਦਾ ਸਮਾਂ ਹਾਲੇ ਵੀ ਬਾਕੀ ਹੈ, ਕੈਪਟਨ ਸਾਹਿਬ ਤੋਂ ਲੋਕ ਉਮੀਦ ਕਰ ਰਹੇ ਨੇ ਕਿ ਜੋ ਵਾਅਦੇ ਕੀਤੇ ਨੇ ਸ਼ਾਇਦ ਉਹ ਪੂਰੇ ਕਰ ਦੇਣ। ਅਤੇ ਮੋਹਾਲੀ ਦੇ ਪਿੰਡ ਸੈਣੀ ਮਾਜਰੇ 'ਚ ਅਸੀਂ ਮੌਜੂਦ ਹਾਂ ਜੀ, ਲੋਕਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਜਾਣਦੇ ਹਾਂ ਕਿ ਕੈਪਟਨ ਸਾਹਿਬ ਨੇ 3 ਸਾਲਾਂ ਦੇ ਵਿੱਚ ਕਿੰਨਾ ਕੁ ਵਿਕਾਸ ਜਿਹੜਾ ਕੀਤਾ, ਕਿੰਨੇ ਕੁ ਵਾਅਦੇ ਪੂਰੇ ਕੀਤੇ ਨੇ? ਭਾਅ ਜੀ ਕੀ ਨਾਂ ਤੁਹਾਡਾ? ਨਾਜਰ ਸਿੰਘ ਹੈ ਜੀ। ਨਾਜਰ ਸਿੰਘ ਜੀ, ਤੁਸੀਂ ਦੱਸੋ, ਕੈਪਟਨ ਸਾਹਿਬ ਨੂੰ 3 ਸਾਲ ਪੂਰੇ ਹੋ ਗਏ ਆ, ਬੜੇ ਵੱਡੇ ਵੱਡੇ ਵਾਅਦੇ ਕੀਤੇ ਸੀ ਕਾਂਗਰਸ ਸਰਕਾਰ ਨੇ ਸੱਤਾ 'ਚ ਆਉਣ ਤੋਂ ਪਹਿਲਾਂ, ਕਿੰਨੀ ਕੁ ਤਰੱਕੀ ਹੋਈ ਆ, ਕਿੰਨੇ ਕੁ ਵਾਅਦੇ ਕੈਪਟਨ ਸਾਹਿਬ ਨੇ ਪੂਰੇ ਕੀਤੇ 3 ਸਾਲਾਂ 'ਚ? ਭਾਅ ਜੀ ਗੱਲ ਇੱਦਾਂ ਹੈ ਵੀ ਆਸ ਤਾਂ ਬਹੁਤ ਤਕੜੀ ਸੀ, ਪਰ ਵਾਅਦਾ ਤਾਂ ਕੋਈ ਪੂਰਾ ਹੋਇਆ ਨਹੀਂ। ਅਸੀਂ ਕਾਂਗਰਸੀ ਹਾਂ, ਸਾਡਾ ਸਾਰਾ ਹੀ ਹਲਕਾ ਕਾਂਗਰਸੀ ਹੈ, ਜਿਹੜੀ ਇਹਨਾਂ ਦੇ ਆਪਣੇ MLA ਕੈਪਟਨ ਦੇ ਵਿਰੁੱਧ ਹੋ ਗਏ ਸਾਰੇ। ਅਸੀਂ ਕਾਂਗਰਸ ਨੂੰ ਵੋਟਾਂ ਪਾਈਆਂ, ਅਸੀਂ ਕੰਗ ਕਰਕੇ ਪਾਈਆਂ, ਕੰਗ ਨਾਲ ਸਾਡੇ ਹਲਕੇ ਵਿੱਚ ਕੰਮ ਕਰੇ ਆ, ਅੱਜ ਵੀ ਅਸੀਂ ਕੰਗ ਨਾਲ ਖੜੇ, ਕੰਗ ਜਿੱਥੇ ਸਾਨੂੰ ਕਹੂਗਾ ਅਸੀਂ ਉੱਥੇ ਵੋਟ ਪਾ ਦੂੰਗੇ, ਅਸੀਂ ਉਹਨੂੰ ਛੱਡ ਨਹੀਂ ਸਕਦੇ, ਜਾਣੀ ਕਿ ਇਹਨਾਂ ਦੇ ਤਾਂ ਵਾਅਦੇ ਤਾਂ ਸਾਰੇ ਫੈਲ ਹੈ, ਠੀਕ ਹੈ। ਕੀ ਜਦੋਂ ਵੋਟ ਪਾਈ ਸੀ ਕੀ ਉਮੀਦ ਸੀਗੀ? 10 ਸਾਲ ਅਕਾਲੀ ਦਲ BJP ਦਾ ਰਾਜ ਸੀ, ਕੈਪਟਨ ਦੇ ਉੱਪਰ ਸਾਨੂੰ ਬਹੁਤ ਉਮੀਦਾਂ ਦੀਆਂ, ਹੁਣ 2005-07-08 ਤੱਕ ਜਦ ਦੀ ਸਰਕਾਰ ਰਹੀ ਬਹੁਤ ਵਿਕਾਸ ਹੋਇਆ, ਅਸੀਂ ਉਹ ਆਸ ਪਰ ਵੋਟਾਂ ਪਾਤੀਆਂ ਵੀ ਚਲੋ ਗਾਹਾਂ ਨੂੰ ਫਿਰ ਕੁਛ ਹੋਊਗਾ, ਪਰ ਹੁਣ ਤਾਂ ਸਾਨੂੰ ਕੁਝ ਦਿਖਦਾ ਨਹੀਂ ਵੀ ਕੁਛ ਹੋਊਗਾ ਜਾਂ ਨਹੀਂ ਹੋਊਗਾ। ਪਿਛਲੀ ਸਰਕਾਰ ਦੀ ਗੱਲ ਕਰੀਏ, ਇੱਕ ਵਾਰ ਗੱਲ ਇਹ ਵੀ ਕਹੀ ਜਾ ਰਹੀ ਹੈ ਕਿ ਕੈਪਟਨ ਸਾਹਿਬ ਪਿਛਲੀ ਵਾਰ ਨਾਲੋਂ ਇਸ ਵਾਰੀ ਕੈਪਟਨ ਸਾਹਿਬ ਬੜੇ ਬਦਲੇ ਹੋਏ ਆ, ਪਹਿਲਾਂ ਬੜੇ ਕੈਪਟਨ ਸਾਹਿਬ ਬੜਾ ਤਿੱਖਾ ਉਹਨਾਂ ਦਾ ਹੁੰਦਾ ਸੀ ਜਦੋਂ ਵਿਰੋਧੀਆਂ ਨੂੰ ਲੈ ਕੇ ਉਹ ਗੱਲ ਕਰਦੇ ਹੁੰਦੇ ਸੀ, ਕੰਮ ਵੀ ਕਰਵਾਉਂਦੇ ਹੁੰਦੇ ਸੀ, ਪਰ ਇਸ ਵਾਰੀ ਕੈਪਟਨ ਸਾਹਿਬ ਦਾ ਜਿਹੜਾ ਸੁਭਾਅ ਹੈ ਜਾਂ ਵਿਵਹਾਰ ਹੈ ਉਹ ਪੂਰੀ ਤਰ੍ਹਾਂ ਬਦਲ ਚੁੱਕਿਆ? ਪਤਾ ਨਹੀਂ ਯਾਰ, ਹੁਣ ਐਸਾ ਹੁਣ ਸਮਝ ਨਹੀਂ ਲੱਗਦੀ ਵਿਵਹਾਰ ਕਾਹਦੇ ਬਦਲੇ, ਜੇ ਕਰਨਾ ਚਾਹੇ ਤਾਂ ਸਰਕਾਰ ਬਹੁਤ ਕੁਛ ਕਰਦੀ ਇਹੀ ਤਾਂ ਕੋਈ ਗੱਲ ਨਹੀਂ ਹੈਗੀ। ਕੈਪਟਨ ਦਾ ਹੁਣ ਉਹੀ ਨਹੀਂ ਬਦਲਾ ਦਾ ਵੀ ਕਿੱਥੇ ਘੁੰਮਦਾ ਕਿਆ ਕਰਦਾ ਉਹੀ। ਕੈਪਟਨ ਸਾਹਿਬ ਉਹਨਾਂ ਨੇ ਜੀ ਕੁਛ ਵੱਡੇ ਵਾਅਦੇ ਦੀ ਮੈਂ ਗੱਲ ਕਰੂੰਗਾ, ਇੱਕ ਤਾਂ ਉਹਨਾਂ ਨੇ ਕਿਹਾ ਸੀ ਕਿ ਅਸੀਂ ਕਰਜ਼ੇ ਮਾਫ਼ ਕਰਾਂਗੇ, ਅਤੇ ਉਹ ਕਰਜ਼ਿਆਂ ਨੂੰ ਲੈ ਕੇ ਬਾਅਦ 'ਚ ਕੈਪਟਨ ਸਾਹਿਬ ਕਹਿ ਰਹੇ ਸੀ ਕਿ ਅਸੀਂ ਉਹਦੇ ਵਿੱਚ ਬਹੁਤ ਸਾਰੀਆਂ ਸ਼ਰਤਾਂ ਲਾਤੀਆਂ। ਇੱਕ ਦੂਜੀ ਵੱਡੀ ਗੱਲ ਰੁਜ਼ਗਾਰ ਦੀ ਸੀਗੀ, ਇਹ ਦੋਨੇ ਵੱਡੇ ਵਾਅਦਿਆਂ 'ਚ ਕਿੰਨਾ ਕੁ ਕੰਮ ਹੋਇਆ ਤੁਹਾਨੂੰ ਲੱਗਦਾ ਕਿ ਕਰਜ਼ੇ ਮਾਫ਼ ਹੋਇਆ ਲੋਕਾਂ? ਕਰਜ਼ੇ ਕੁਛ ਪਰਸੈਂਟ ਹੋਏ ਆ, ਇਹ ਸੀ ਗੱਲ ਗੱਲ ਝੂਠ ਵਾਲੀ ਨਹੀਂ ਹੈ, 2-2 ਲੱਖ ਰੁਪਈਆ ਸੁਸਾਇਟੀਆਂ ਦਾ ਮਾਫ਼ ਹੋਇਆ ਹੈ, ਬਾਕੀ ਰੁਜ਼ਗਾਰ ਤਾਂ ਵੈਸੇ ਕਿਸੇ ਨੂੰ ਕੋਈ ਮਿਲਿਆ ਨਹੀਂ, ਵਾਅਦਿਆਂ ਵਾਲੀ ਉਹ ਗੱਲ ਹੈ, ਵਾਅਦਾ ਤਾਂ ਕੋਈ ਪੂਰਾ ਹੁੰਦਾ ਦਿਖਦਾ ਨਹੀਂ ਹੈ।
2 साल में जो करने पर आवे तो बहुत कुछ हो सकता है अजा भी कांग्रेस की कुछ ना कुछ तब्दील आ सकती है जो काम करे तो नहीं तो माड़ा ही हाल है कांग्रेस अपने पिंड बारे दसो थोड़े पिंड च केड़ा इदां दा 3 सालों कोई विकास का काम होया थोड़े पिंड साढ़े पिंड में तो भाई कोई भी नहीं होया साड़ा तो तकरीबन तक हल्के की किस्मत माड़ी है साड़ा हमेशा ही उल्टा MLA हों जिद सरकार नहीं हों MLA नहीं हों MLA नहीं हों तो साड़ा तो विकास जद हो लिया पहला जब पहला कैप्टन की सरकार थी अकाली ने भी साढ़े हल्के में कुछ नहीं कर ठीक है ना बाकी तो आस तो हुण कड़ी रखी जा सकती है 2 साल पे जा कांग्रेस के करने जो चाहे तो बहुत कुछ कर सकती ठीक है ना भाई तुहाडा की नाम है बलविंदर सिंह जी ਜੀ ਤੁਸੀਂ ਦੱਸੋ ਕਿ 3 ਸਾਲਾਂ 'ਚ ਕੈਪਟਨ ਸਾਹਿਬ ਨੇ ਕੀ ਕਿੰਨਾ ਕੁ ਕੰਮ ਕਰਿਆ ਜੋ ਵਾਅਦੇ ਕਰੇ ਸੀ ਮੈਨੀਫੈਸਟੋ 'ਚ ਬੜੇ ਬੜੇ ਕਿੰਨੇ ਕੁ ਵਾਅਦੇ ਨਿਭਾਤੇ ਭਾਜੀ ਜਿਹੜੇ ਵਾਅਦੇ ਕਰੇ ਸੀ ਵਾਅਦਾ ਹੋਇਆ ਨਹੀਂ ਪੂਰਾ ਜੀ ਨਹੀਂ ਹੋਇਆ ਜੀ ਕੀ ਲੱਗਦਾ ਕਿਉਂ ਨਹੀਂ ਕੈਪਟਨ ਸਾਹਿਬ ਪੂਰਾ ਕਰ ਸਕੇ ਇੱਕ ਤਾਂ ਕਾਂਗਰਸੀ ਬੜਾ ਇਲਜ਼ਾਮ ਇਹ ਲਾਉਂਦੇ ਆ ਕਿ ਪਿਛਲੀ ਅਕਾਲੀ BJP ਸਰਕਾਰ ਨੇ ਪੰਜਾਬ ਦਾ ਹਾਲ ਇੰਨਾ ਖਰਾਬ ਕਰਤਾ ਸੀ ਕਿ ਸਾਨੂੰ ਟਾਈਮ ਲੱਗਣਾ ਉਹ ਟਾਈਮ ਲੋਕਾਂ ਨੇ ਦਿੱਤਾ 3 ਸਾਲ ਦਾ ਪਰ ਲੱਗਦਾ ਇੱਕ ਕੰਮ ਨਹੀਂ ਹੋਇਆ ਨਹੀਂ ਭਾਜੀ 3 ਸਾਲ ਦਾ ਬਿਲਕੁਲ ਟਾਈਮ ਦਿੱਤਾ ਉਹਨਾਂ ਨੇ ਬਿਲਕੁਲ ਸਹੀ ਕਰਿਆ ਵੀ ਟਾਈਮ ਦਿੱਤਾ ਲੋਕਾਂ ਨੇ ਪਰ ਜਦੋਂ ਤੱਕ ਨਾ ਇਹ ਮਤਲਬ ਸੁਖਬੀਰ ਬਾਦਲ ਨਾਲ ਖੜੇ ਆ ਇਹ ਕੈਪਟਨ ਸਾਹਿਬ ਜਦੋਂ ਤਾਂ ਕੁਛ ਨਹੀਂ ਹੋਣਾ ਬਿਲਕੁਲ ਨਹੀਂ ਹੋ ਸਕਦਾ ਜੀ ਇਹ ਕਾਂਗਰਸੀ ਹੁਣ ਕਾਂਗਰਸੀਆਂ ਦੇ ਖਿਲਾਫ ਹੋ ਰਹੇ MLA ਕੈਪਟਨ ਸਾਹਿਬ ਦੇ ਖੜੇ ਹੋ ਰਹੇ ਇਹ ਹੋਣੇ ਹੀ ਆ ਜੀ ਇਹ ਤਾਂ ਹੀ ਹੋ ਰਹੇ ਆ ਜੀ ਇਹ ਜਦੋਂ ਅਕਾਲੀਆਂ ਨਾਲ ਖੜਿਆ ਇਹ ਅਕਾਲੀਆਂ ਨੂੰ ਬਚਾ ਰਿਹਾ ਇਹ ਅਕਾਲੀ ਹਰੇਕ ਜਗ੍ਹਾ ਬਦਨਾਮ ਹੋਏ ਵੀਰੇ ਇਹ ਬਚਾ ਰਿਹਾ ਉਹਨਾਂ ਨੂੰ ਬੇਅਦਬੀ ਵਿੱਚ ਚਿੱਟੇ ਵਿੱਚ ਮੰਜੀਠੀਆ ਇਹ ਸਾਰੇ ਬਦਨਾਮ ਹੋਏ ਵੀ ਦੇ ਇਹ ਉਲਟਾ ਇਹਨਾਂ ਨੂੰ ਵਿਚਾਰ ਰਿਹਾ ਸੀ ਹੁਣ ਦੇਖੋ ਇਹ ਪਿਛਲੀ ਵਾਰ ਬਗਰਾੜੀ ਉਹਦੇ ਵਿੱਚ ਜਿਹੜਾ ਬਗਰਾੜੀ ਵਿੱਚ ਹੋਈ ਸੀ ਗੋਲੀ ਕਾਂਡ ਹੋਇਆ ਜੋ ਵੀ ਹੋਇਆ ਤਾ ਜੀ ਹਾਂਜੀ ਉਹਦੇ ਵਿੱਚ ਮਤਲਬ ਇਹ ਫਸ ਰਹੇ ਤੇ ਕੈਪਟਨ ਇਹਨਾਂ ਨੂੰ ਵਿਚਾਰ ਰਿਹਾ ਜੀ ਇਹ ਇਹਨਾਂ ਦੀ ਆਪਸ ਵੀ ਮਿਲੀਭੁਗਤੀ ਆਈ ਇਹਨਾਂ ਦੀ ਆਪਸ ਵਿੱਚ ਰਿਸ਼ਤੇਦਾਰੀਆਂ ਇਹਨਾਂ ਦੀਆਂ ਇਹਨਾਂ ਦੀ ਆਪਸ ਵੀ ਰਿਸ਼ਤੇਦਾਰੀਆਂ ਆਪਸ ਵੀ ਮਿਲੀਭੁਗਤੀ ਇਹਨਾਂ ਦੀ ਠੀਕ ਹੈ ਇੱਕ ਬਿਜਲੀ ਵਾਲੇ ਦੱਸੋ ਬਿਜਲੀ ਦਾ ਬੜਾ ਰੌਲਾ ਪਿਆ ਹੋਇਆ ਪੰਜਾਬ 'ਚ ਬੜੀ ਮਹਿੰਗੀ ਬਿਜਲੀ ਆਲੇ ਦੁਆਲੇ ਵਾਲੀਆਂ ਸਟੇਟਾਂ ਨਾਲੋਂ ਕਿਤੇ ਮਹਿੰਗੀ ਬਿਜਲੀ ਹੈ ਕੈਪਟਨ ਸਾਹਿਬ ਕਿਉਂ ਨਹੀਂ ਘੱਟ ਕਰ ਰਹੇ ਰੇਟ ਭਾਜੀ ਇਹ 13 ਵਾਰ ਬਿਜਲੀ ਵਧਲੀ ਹੁਣ ਤੱਕ 13 ਵਾਰ ਬਿਜਲੀ ਵਧਲੀ ਅਤੇ ਚਲੋ ਆਪਾਂ ਇਹਦੂ ਕਹਿ ਨਹੀਂ ਸਕਦੇ ਲੋਕਾਂ ਨੂੰ ਇਹਨਾਂ ਨੇ 200 ਯੂਨਿਟ ਮਾਫ਼ ਵੀ ਦਿੱਤੀ ਹੋਈ ਆ ਉਹ ਵੀ ਲੋਕਾਂ ਨੂੰ ਮਾਫ਼ ਵੀ ਦਿੱਤੀ ਹੋਈ ਆ ਉਹ ਵੀ ਜਿਨ੍ਹਾਂ ਨੂੰ ਮਤਲਬ ਹੋਣੀ ਚਾਹੀਦੀ ਆ ਉਹਨਾਂ ਨੂੰ ਹੋਈ ਵੀ ਨਹੀਂ ਹੈਗੀ ਜਿਨ੍ਹਾਂ ਨੂੰ ਹੋਣੀ ਨਹੀਂ ਚਾਹੀਦੀ ਉਹਨਾਂ ਨੂੰ ਹੋਈ ਵੀ ਆ ਜਿਨ੍ਹਾਂ ਨੂੰ ਮਿਲਣਾ ਚਾਹੀਦਾ ਫਾਇਦਾ ਉਹਨਾਂ ਨੂੰ ਨਹੀਂ ਮਿਲ ਰਿਹਾ ਹੋਰ ਲੋਕਾਂ ਨੂੰ ਮਿਲਣਾ ਚਾਹੀਦਾ ਉਹਨਾਂ ਨੂੰ ਮਿਲਦਾ ਨਹੀਂ ਫਾਇਦਾ ਜੀ ਇਹ ਵੀ ਬਹੁਤ ਚੁੱਕਾ ਮੁਰਲੇ ਖਾ ਜਾਂਦੇ ਆ ਹਾਂ ਹੁਣ ਨਸ਼ੇ ਦੀ ਗੱਲ ਹੈ ਜੀ ਨਸ਼ਾ ਤੁਸੀਂ ਦੇਖ ਲਓ ਕੋਈ ਤੁਸੀਂ ਪਹਿਲਾਂ ਵੀ ਗੱਲ ਹੋਈ ਹੈ ਕੋਈ ਰਾਜਸਥਾਨ 'ਚ ਦੇਖਿਆ ਉਹ ਚਿੱਟਾ ਆਪਣਾ ਟੀਕਾ ਲਾ ਕੇ ਮਰਦਾ ਪੰਜਾਬ ਮਾ ਕਾਹਤੇ ਮਰਦੇ ਆ ਜਿਹੜੀ ਇਹਨਾਂ ਦੀ ਆਪਣੀ ਸਮਗਲਿੰਗ ਮੈਂ ਆਪ ਕਰੀ ਜਾਂਦੇ ਇਹ ਠੀਕ ਹੈ ਨਾ ਫੀਮ ਭੁੱਕੀ ਆਪਣੇ ਕੋਲ ਹੈ ਇਹਨਾਂ ਦੇ ਕੋਲ ਸਾਰਾ ਕੁਛ ਇਹਨਾਂ ਕੋਲ ਤੇ ਹੀ ਆਉਂਦਾ ਠੀਕ ਹੈ ਨਾ ਕੋਈ ਫਰਕ ਨਹੀਂ ਕੈਪਟਨ ਸਾਹਿਬ ਜੀ ਨਸ਼ਾ ਇਹਨਾਂ ਨੇ ਵਾਅਦੇ ਕਰੇ ਤੇ ਕਹਿੰਦਾ 5 ਕਿਲੋ ਗੁੜ ਦਾ ਅਸੀਂ ਐਲਾਨ ਕਰੂੰਗੇ ਦਾਰੂ ਪਾਉਣੇ ਦਾ ਕੋਈ ਐਲਾਨ ਨਹੀਂ ਹੋਇਆ ਠੀਕ ਹੈ ਨਾ ਵੀ ਠੇਕੇ ਤੁਸੀਂ ਤੁਹਾਡਾ ਕੀ ਨਾਮ ਹੈ ਮੇਰਾ ਵਰਿੰਦਰ ਸਿੰਘ ਹੈ ਜੀ ਤੁਸੀਂ ਦੱਸੋ ਕਿ ਕੈਪਟਨ ਸਾਹਿਬ ਨੇ ਕਿੰਨਾ ਕੰਮ ਕਰਿਆ ਕੁਝ ਨਹੀਂ ਹੋਇਆ ਜੀ ਬਹੁਤ ਮਾੜਾ ਹਾਲ ਹੈ ਜੀ ਇਹ ਸਾਡਾ ਰੋਡ ਮੁੱਲਾਪੁਰ ਤੋਂ ਖੜ ਜਾਂਦਾ ਜੀ ਇਸ ਰੋਡ ਦਾ ਜੀ 10-12 ਸਾਲ ਹੋ ਗਏ ਬੁਰੀ ਹਾਲ ਹੈ ਜੀ ਹਰ ਇੱਕ ਜਗ੍ਹਾ ਟੋਏ ਆ ਬਹੁਤ ਮਾੜਾ ਹਾਲ ਹੈ ਜੀ ਕੋਈ ਇਲਾਕੇ ਦਾ ਇੱਥੇ ਮੰਤਰੀ ਕੋਈ ਕਿਸੇ ਕੋਈ ਕੈਪਟਨ ਸਾਹਿਬ ਦਾ ਕਿਤੇ ਚਿਹਰਾ ਦੇਖਿਆ ਹੋਵੇ ਵੋਟਾਂ ਦੇ ਬਾਅਦ ਇਹ ਆਪਣਾ ਕੰਗ ਸਾਹਿਬ ਕਰ ਸਕਦੇ ਸਭ ਕੁਝ ਕੰਗ ਸਾਹਿਬ ਦੀ ਵਿਚਾਰੀ ਚੱਲਦੀ ਨਹੀਂ ਹੈਗੀ ਪਹਿਲਾਂ ਮਤਲਬ ਅਕਾਲੀਆਂ ਸਰਕਾਰ ਤੀ ਉਸ ਟਾਈਮ ਕੰਗ ਸਾਹਿਬ ਇੱਥੇ MLA ਬਣੇ ਹੋਏ ਤੇ ਉਸ ਤੋਂ ਬਾਅਦ ਵਿੱਚ ਹੁਣ ਕਾਂਗਰਸ ਦੀ ਸਰਕਾਰ ਆਈ ਆ ਝਾੜੂ ਵਾਲਾ ਬਣ ਗਿਆ ਜੀ ਕਨਵਰਤ ਸਿੱਧੂ ਉਹਨਾਂ ਕੱਖ ਨਹੀਂ ਕਰਿਆ ਉਹ ਉਰੇ ਮਤਲਬ ਉਰੇ ਲੋਕਾਂ ਨੂੰ ਕਹੀ ਗਿਆ ਕਹਿੰਦਾ ਮੈਂ ਆ ਕੇ ਇਸ ਤਰ੍ਹਾਂ ਕਰੂੰਗਾ ਇਹ ਕਰੂੰਗਾ ਵੋ ਕਰੂੰਗਾ ਅੱਜ ਤੱਕ ਆ ਕੇ ਨਹੀਂ ਖੜਿਆ ਕਿਤੇ ਉਹ ਇੱਕ ਕੰਮ ਨਹੀਂ ਕਰਿਆ ਮੈਂ ਕਹਿੰਦਾ ਜਿੱਦਾਂ ਦਾ ਉਹ ਬੰਦਾ ਬਣਿਆ ਇੱਦਾਂ ਦਾ ਕੋਈ MLA ਬਣਿਆ ਹੀ ਨਹੀਂ ਅੱਜ ਤੱਕ ਭਾਈ ਨਸ਼ਿਆਂ ਬਾਰੇ ਗੱਲ ਹੋ ਰਹੀ ਸੀ ਦੱਸੋ ਨਸ਼ਿਆਂ ਦਾ ਕੀ ਹਾਲ ਹੈ ਮਤਲਬ ਕੁਝ ਹੋਇਆ ਸੁਧਾਰ ਜਾਂ ਉੱਥੇ ਦੀ ਉੱਥੀ ਗੱਲ ਹੈ ਜਾਂ ਇੱਕ ਤਾਂ ਵਿਰੋਧੀ ਇਲਜ਼ਾਮ ਲਾ ਰਹੇ ਵੀ ਹੋਰ ਵੀ ਮਾੜਾ ਹਾਲ ਹੋ ਗਿਆ ਮਾੜਾ ਹੀ ਹਾਲ ਹੈ ਜੀ ਸਾਡੇ ਏਰੀਏ 'ਚ ਵੀ ਬਹੁਤ ਮਾੜਾ ਹਾਲ ਹੈ ਜੀ ਬਹੁਤ ਚਿੱਟਾ ਪੈਂਦੇ ਆ ਬਾਕੀ ਕੋਈ ਰੋਕ ਨਹੀਂ ਕੋਈ ਕੁਛ ਨਹੀਂ ਹੈ ਜੀ ਉੱਦਾਂ ਹੀ ਕੰਮ ਚੱਲਦਾ ਇਦਾਂ ਪਹਿਲਾਂ ਚੱਲਦਾ ਜੇ ਸਰਕਾਰ ਕਰਦੇ ਪਏ ਨਾ ਵੀ ਜਿਹੜਾ ਫੀਮ ਭੁੱਕੀ ਪਹਿਲਾਂ ਆਮ ਸਰਿਆਮ ਪਹਿਲਾਂ ਬਜ਼ੁਰਗ ਖਾਂਦੇ ਤੇ ਠੀਕ ਹੈ ਨਾ ਜੇ ਸਰਕਾਰ ਆਮ ਕਰ ਦੇਵੇ ਫੀਮ ਭੁੱਕੀ ਨੂੰ ਤਾਂ ਨਸ਼ੇ ਨਾਲ ਕੋਈ ਵੀ ਮਰਨ ਵਾਲੇ ਨਾ ਕੋਈ ਕ੍ਰਾਈਮ ਹੋਣਾ ਨਾ ਕੋਈ ਕਾਂਡ ਹੋਣਾ ਕੁਛ ਨਹੀਂ ਹੋਣਾ ਨਸ਼ੇ ਕਰਕੇ ਚੋਰੀ ਆਉਂਦੀ ਹੈ ਨਸ਼ੇ ਕਰਕੇ ਸਾਰਾ ਕੁਛ ਹੁੰਦਾ ਜਿਹੜਾ ਗਰੀਬ ਹੈ ਉਹਨੂੰ ਠਾਣਾ ਵੀ ਹੈ ਉਹਨੂੰ ਜੇਲ੍ਹ ਵੀ ਸਾਰਾ ਕੁਛ ਹੈ ਜਿਹੜਾ ਅਮੀਰ ਬੰਦਾ ਬੜੇ ਖਾਣਾ ਬੜੇ ਮਗਰਮੱਛ ਹੈ ਉਹਨਾਂ ਦਾ ਕੁਛ ਨਹੀਂ ਵਿਗੜਦਾ ਸਭ ਵੇਚਦੇ ਸਭ ਹੇਡ ਉੱਪਰ ਕਰਦੇ ਆ ਕੈਪਟਨ ਸਾਹਿਬ ਕਹਿੰਦੇ ਅਸੀਂ ਲੱਕ ਤੋੜਤਾ ਨਸ਼ੇ ਦਾ ਲੱਕ ਟੁੱਟਿਆ ਹੀ ਨਸ਼ੇ ਦਾ ਲੱਕ ਤਾਂ ਕਿਆ ਟੁੱਟਿਆ ਲੱਕ ਦਾ ਤਾਂ ਵਿਚਾਲਾ ਯਾਰ ਲੱਕ ਤਾਂ ਇੱਧਰ ਹੀ ਰਹਿਣਾ ਇਹਨਾਂ ਦਾ ਨਹੀਂ ਮੁੱਕਣਾ ਜਦ ਤੱਕ ਇਹ ਆਮ ਨਹੀਂ ਨਾ ਸਰਿਆਮ ਕਰ ਦਿੰਦੇ ਫੀਮ ਭੁੱਕੀ ਨੂੰ ਜਦ ਤੱਕ ਅਸੀਂ ਚੱਲੀ ਜਾਣਾ ਚਿੱਟਾ ਚੁੱਟਾ ਵੇਚੀ ਜਾਣਾ ਇਹਨਾਂ ਦਾ ਸਾਰਾ ਕੁਝ ਚੱਲੀ ਜਾਣਾ ਜੇ ਫੀਮ ਭੁੱਕੀ ਆਮ ਸਰਿਆਮ ਕਰ ਦੇਵੇ ਨਾ ਕੋਈ ਨਸ਼ੇ ਵਾ ਮਰਿਆ ਨਾ ਕੁਛ ਨਹੀਂ ਹੋਣਾ ਫਿਰ ਸਾਰਾ ਕੁਝ ਸ਼ਾਂਤ ਹੋ ਜਾਣਾ ਇੱਕਦਮ ਕੁਛ ਵੀ ਨਹੀਂ ਹੋਣਾ ਇੱਕ ਨਵਾਂ ਬੁੱਬਨ ਦਾ ਨਸ਼ਾ ਲਾਤਾ ਜੀ ਇਹਨਾਂ ਨੇ ਹੋਰ ਜੋ ਗੋਲੀਆਂ ਜੀਆਂ ਮਿਲਦੀਆਂ ਜੀ ਇਹ ਉਹੀ ਖਾਣ ਲੱਗ ਗਏ ਹੁਣ ਇਹਨਾਂ ਦੀ ਆਪਣੀ ਸਰਕਾਰ ਨੇ ਆਪਣੀ ਖੋਲ੍ਹਤੇ ਜੀ ਹੋਸਪਿਟਲ ਜਿੱਥੇ ਮਰਜ਼ੀ ਲੈ ਲਓ ਜੇ ਆ ਫਿਰ ਦੁਬਾਰਾ ਫਿਰ ਕਹਿੰਦਾ ਮੈਂ ਫੀਮ ਭੁੱਕੀ ਦਾ ਕਦੇ ਠੇਕੇ ਆਮ ਖੋਲ੍ਹ ਦਵਾਂ ਸਰਿਆਮ ਕੁਛ ਵੀ ਨਹੀਂ ਹੋਣਾ ਸਾਰਾ ਕੋਈ ਵਧੀਆ ਹੋ ਜਾਣਾ ਤਾਂ ਸਿੱਧੂ ਵਰਗਾ ਮੁੱਖ ਮੰਤਰੀ ਕੋਈ ਵਧੀਆ ਬੰਦਾ ਬਣ ਜਾਵੇ ਤਾਂ ਕੁਛ ਬਣ ਸਕਦਾ ਪੰਜਾਬ ਦਾ
ਜੇ ਸਿੱਧੂ ਵਰਗਾ ਸੱਚਾ ਪੱਕਾ ਬਣ ਜਾਵੇ ਨਾ ਮੁੱਖ ਮੰਤਰੀ, ਚਾਹੇ ਝਾੜੂ ਵਿੱਚ ਬਣ ਜਾਵੇ ਚਾਹੇ ਕਾਂਗਰਸ ਵਿੱਚ ਬਣ ਜਾਵੇ, ਇਹ ਬੰਦਾ ਕੁਛ ਕਰ ਸਕਦਾ ਜੀ ਸਿੱਧੂ ਵਰਗਾ। ਸਿੱਧੂ ਸਾਹਿਬ ਨੂੰ ਲੈ ਕੇ ਵੀ ਕਰਤਾਰਪੁਰ ਦਾ ਲਾਂਘਾ 'ਚ ਬੜਾ ਰੋਲ ਉਹਨਾਂ ਦਾ ਕਰਿਆ, ਪਰ ਕਾਂਗਰਸ ਵਾਲੇ ਨੇ ਸਾਈਡਲਾਈਨ ਕਰਤਾ ਕਿ ਅਤੇ ਉਹਨਾਂ ਨੂੰ ਲੱਗਿਆ ਵੀ ਕਿਤੇ ਸਿੱਧੂ ਸਾਹਿਬ ਉੱਪਰ ਨਾ ਆ ਜਾਣ ਲੱਗ ਰਿਹਾ। ਸਿੱਧੂ ਸਾਹਿਬ ਨਾਲ ਕੰਮ ਕਰਿਆ ਨਾ ਜੀ, ਉਹ ਇੱਦਾਂ ਦਾ ਕੋਈ ਨਹੀਂ ਜ਼ਿੰਦਗੀ ਵਿੱਚ ਕਰ ਸਕਿਆ ਅੱਜ ਤੱਕ, ਜਿੱਦਾਂ ਸਿੱਧੂ ਨਾਲ ਕੰਮ ਕਰਿਆ ਕੋਈ ਨਹੀਂ ਕਰ ਸਕਿਆ ਜੀ। ਸਿੱਧੂ ਨਾਲ ਕੰਮ ਕਰਾਤਾ ਹਰਸਿਮਰਨ ਬਾਦਲ, ਕਹਿੰਦੀ ਮੈਂ ਕਰਾਤਾ, ਉਹ ਤਾਂ ਇੱਕ ਵਾਰ ਵੀ ਗਈ ਵੀ ਨਹੀਂ ਹੈਗੀ ਉੱਥੇ ਤੱਕ। ਇਹਦਾ ਸਿੱਧੂ ਨਾਲ ਜੋ ਕੰਮ ਕਰਿਆ ਕੋਈ ਨਹੀਂ ਇੱਦਾਂ ਦਾ ਕਰ ਸਕਦਾ ਜੀ। ਸਿੱਧੂ ਵਰਗਾ ਮੁੱਖ ਮੰਤਰੀ ਬਣ ਜਾਵੇ ਬੰਦਾ ਤਾਂ ਸਭ ਕੁਝ ਹੋ ਸਕਦਾ ਪੰਜਾਬ ਦਾ। ਸਿੱਧੂ ਚਾਹੇ ਕਾਂਗਰਸ ਵਿੱਚ ਬਣ ਜਾਵੇ ਚਾਹੇ ਬਣ ਜਾਵੇ ਝਾੜੂ ਵਿੱਚ, ਸਿੱਧੂ ਵਰਗਾ ਬੰਦਾ ਬਣ ਜਾਵੇ ਮੁੱਖ ਮੰਤਰੀ ਤਾਂ ਪੰਜਾਬ ਦਾ ਹੱਲ ਹੋ ਸਕਦਾ ਜੀ, ਨਹੀਂ ਤਾਂ ਪੰਜਾਬ ਖਤਮ ਨਹੀਂ ਦੇਣਾ। ਸੱਚੇ ਬੰਦੇ ਨੂੰ ਨਾ ਰਹਿਣ ਨਹੀਂ ਦੇਣਾ, ਜਿਹੜਾ ਕੋਈ ਸੱਚਾ ਕੋਈ ਗੱਲ ਚੱਕਦਾ ਉਹਨੂੰ ਰਹਿਣ ਨਹੀਂ ਦਿੰਦੇ। ਜਿਹੜਾ ਕਰਤਾਰਪੁਰ ਸਾਹਿਬ ਲਾਂਘਾ ਉਹ ਸਾਰਾ ਸਿਰਾ ਸਿੱਧੂ ਨੂੰ ਜਾਂਦਾ, ਨਾ ਕਿ ਕਿਸੇ ਹੋਰ ਨੂੰ ਜਾਂਦਾ, ਨਾ ਮੋਦੀ ਨੂੰ ਜਾਂਦਾ ਨਾ ਕੈਪਟਨ ਨੂੰ ਜਾਂਦਾ, ਸਿੱਧੂ ਨੂੰ ਜਾਂਦਾ ਜੀ ਉਹ। ਠੀਕ ਹੈ, ਜਿਹੜਾ ਸੱਚਾ ਬੰਦਾ ਉਹ ਹੁੰਦਾ ਉਹਨੂੰ ਹੀ ਮਰਵਾ ਦਿੰਦੇ ਇਹ। ਕੈਬਨ ਕਮਲਜੀਤ ਇਹਨਾਂ ਨੇ ਮਰਵਾ ਤਾ ਗੱਡੀਆਂ ਥੱਲਾ ਦੱਬ ਤੇ, ਉਹ ਵਿਚਾਰਾ ਮੁੱਖ ਮੰਤਰੀ ਦਾ ਅਹੁਦੇਦਾਰ ਤਾਂ ਰਹਿਣਾ ਹੀ ਦਿੰਦੇ, ਸੱਚੇ ਬੰਦੇ ਦੀ ਤਾਂ ਹੈ ਹੀ ਨਹੀਂ। ਸੱਚ ਬੋਲਦਾ ਸਾਈਡਲਾਈਨ ਕਰ ਦਿੰਦੇ, ਸਾਈਡਲਾਈਨ ਕਰ ਦਿੰਦੇ ਉਹਨੂੰ ਵੀ, ਤੂੰ ਤਾਂ ਬਚਾ ਤੂੰ ਤਾਂ ਮਰ ਜਾਣਾ ਬਸ। ਆਹ ਚੀਜ਼ਾਂ ਹੋ ਜਾਈਆਂ ਭਾਅ ਜੀ। ਲਾਸਟ ਸਵਾਲ ਕਿ 2 ਸਾਲ ਰਹਿ ਗਏ ਕੈਪਟਨ ਸਾਹਿਬ ਦੇ, ਕੋਈ ਉਮੀਦ ਹੈ ਕਿ ਕਰਨਗੇ ਕੁਛ? ਨਹੀਂ ਕੋਈ ਉਮੀਦ ਨਹੀਂ ਜੀ, ਕੋਈ ਉਮੀਦ ਨਹੀਂ ਭਾਅ ਜੀ। ਜੇ ਤਾਂ ਜੇ ਮਤਲਬ ਕਰਨ 'ਤੇ ਆਵੇ, ਜੇ ਕਰਨ 'ਤੇ ਆਵੇ ਕੰਮ, 2 ਸਾਲ ਪਏ ਨਾ ਜੀ, 2 ਸਾਲ ਵੀ ਕੁਛ ਤਾਂ ਕੁਛ ਹੋ ਸਕਦਾ ਹੈ। 2 ਸਾਲਾਂ 'ਚ ਕਿਆ ਕਰਨਾ ਜੀ? ਲਾਸਟ ਸਾਲ ਵਿੱਚ ਬੰਦਾ ਹਰੇਕ ਜੋ ਲਾਉਂਦਾ ਵੀ ਚਲੋ ਸਾਡੀ ਸਰਕਾਰ ਬਚਣ ਵਾਸਤੇ, ਅੱਗੇ ਵਾਸਤੇ ਕੁਛ ਵੀ ਬਣ ਜਾਵੇ ਕੁਛ ਨਾ ਕੁਛ, ਨਹੀਂ ਤਾਂ ਦੇਖੋ ਸਾਰੇ ਪਾਸੇ ਕਾਂਗਰਸ ਜ਼ੀਰੋ ਹੋ ਰਹੀ ਆ। ਇੱਕ ਕੈਪਟਨ ਸਾਹਿਬ ਨੂੰ ਜਿੱਦਾਂ ਹੁਣ ਇਹ ਕਰਜ਼ਿਆਂ ਦੀ ਮਾਂ ਕਹਿੰਦੇ ਆ ਜੀ, ਕਰਜ਼ੇ ਮਾਫ਼ ਕਰ ਦੇਵੇ, ਜਿ੦ਾਂ ਆਪਣਾ ਆਪਾਂ ਪੈਨਸ਼ਨ ਦੀ ਨਾ ਕਰੀ ਆ ਵੀ ਮੇਰਾ ਆਪਾਂ 2500 ਕਰੂੰਗਾ ਇਹ ਕਰ ਦੇਵੇ, ਅਤੇ ਬਾਕੀ ਜਿਹੜਾ ਇਹਦਾ ਇਹ ਵਾਅਦਾ ਨੌਕਰੀਆਂ ਦਾ ਵਾਅਦਾ ਕਰਿਆ ਜੀ ਇਹ ਪੂਰੇ ਕਰ ਦੇਵੇ। ਕਾਂਗਰਸ ਮੈਂ ਕਹਿੰਦਾ ਹਾਰ ਨਹੀਂ ਸਕਦੀ, ਕਾਂਗਰਸ ਹਾਰ ਨਹੀਂ ਸਕਦੀ। ਕਿਰਾਇਆ ਅੱਧਾ ਕੀਤਾ, ਚਲੋ ਠੀਕ ਹੈ, ਕੁਛ ਤਾਂ ਹੋਇਆ ਮਾੜਾ ਮੋਟਾ, ਮਾੜੀ ਮੋਟੀ ਤਾਂ ਆਸ ਬਜੀ ਬੱਸ ਦਾ ਕਿਰਾਇਆ। ਪਰ ਪਹਿਲੀ ਗੱਲ ਤਾਂ ਬੱਸ ਮੈਂ ਕੋਈ ਚੜ੍ਹਦਾ ਹੀ ਨਹੀਂ ਹੈ, ਸਿੱਧੀ ਗੱਲ ਤਾਂ ਆਈ ਹੈ। ਠੀਕ ਹੈ ਨਾ, ਜਿਹੜੀ ਤੁਸੀਂ ਕਿਰਾਇਆ ਮਾਫ਼ ਕਰਿਆ ਹੈ, ਕਿਰਾਇਆ ਮੈਨੂੰ ਤਾਂ ਕੋਈ ਲੱਗਦਾ ਨਹੀਂ ਫਰਕ ਇਹਦਾ ਕੋਈ ਪਊਗਾ। ਬੱਸਾਂ ਤਾਂ ਹੈ ਨਹੀਂ ਪੰਜਾਬ ਰੋਡਵੇਜ਼, ਕਰ ਚੜੂੰਗੀਆਂ ਕਿੱਥੇ ਬੀਬੀਆਂ? ਜੇ ਬੱਸਾਂ ਸਾਰੀਆਂ ਪ੍ਰਾਈਵੇਟ ਚੱਲ ਗਈਆਂ, ਬੱਸਾਂ ਪ੍ਰਾਈਵੇਟ, ਜੇ ਬਾਦਲ ਦੀਆਂ ਬੱਸਾਂ ਚੱਲਦੀਆਂ ਏ, ਆਹ ਚੱਲਦੀਆਂ ਸੀ ਡੀਊ ਦੀਆਂ ਬੱਸਾਂ, ਪਰ ਪੰਜਾਬ ਦੀਆਂ ਬੱਸਾਂ ਤਾਂ ਹੈ ਹੀ ਨਹੀਂ ਇੰਨੀਆਂ। ਮਾਫ਼ ਕਰਿਆ ਕਿਆ ਕਰਾ ਕਰੂੰਗਾ, ਕੁਛ ਵੀ ਨਹੀਂ ਹੈ ਉਹ ਤਾਂ ਫਾਇਦਾ। ਮਾਫ਼ ਕਰਨ ਦੀ ਕੀ ਲੋੜ ਹੈ? ਤੁਸੀਂ ਲੋਕਾਂ ਨੂੰ ਰੁਜ਼ਗਾਰ ਦਿਓ ਅਤੇ ਸੁਭਾਵਿਕ ਸਰਕਾਰ, ਲੋਕ ਆਪਣਾ ਕਿਰਾਇਆ ਲਾਉਣ। ਬੰਦਾ ਆਪ ਕਰ ਸਕਦਾ ਜੇ ਰੁਜ਼ਗਾਰ ਹੋਊਗਾ, ਜੇ ਜਿਹੜੀ ਘਰ ਘਰ ਦੀ ਨੌਕਰੀ ਦੀ ਗੱਲ ਹੈ, ਜੇ ਤੁਸੀਂ ਸਰਕਾਰੀ ਨਹੀਂ ਦੇਣੀ ਤਾਂ ਤੁਸੀਂ ਪ੍ਰਾਈਵੇਟ ਜੀ ਉਹਨੂੰ 30,000 ਰੁਪਇਆ ਮਹੀਨੇ ਦਾ ਮਿਲ ਜਾਵੇ ਤਾਂ ਵੀ ਬੰਦਾ ਆਪਣਾ ਘਰ ਚਲਾ ਸਕਦਾ। ਹੁਣ ਜੇ ਕਹਿਣ ਵੀ ਨੌਕਰੀਆਂ ਦਿੱਤੀਆਂ, ਤਨਖਾਹ ਕਿੰਨੀ ਮਿਲਦੀ? 7,000 ਰੁਪਇਆ। 7,000 ਰੁਪਇਆ ਬੰਦਾ ਕਿਆ ਕਰੂਗਾ? ਬਿਜਲੀ ਦਾ ਬਿੱਲ ਭਰਾਊਗਾ ਕਿ ਆਪਣਾ ਘਰ ਦਾ ਪਾਣੀ ਕਰੂਗਾ? ਠੀਕ ਹੈ ਨਾ, ਆਹ ਚੀਜ਼ਾਂ। ਅਤੇ ਬਹੁਤ ਸਾਰੇ ਮਸਲੇ ਨੇ ਜੀ ਕੈਪਟਨ ਸਾਹਿਬ ਨੂੰ ਲੈ ਕੇ ਕਿ ਬੜੇ ਬੜੇ ਵਾਅਦੇ ਕੀਤੇ ਗਏ ਸੀ, ਪਰ ਹਜੇ 2 ਸਾਲ ਬਾਕੀ ਨੇ। ਲੋਕਾਂ ਨੂੰ ਉਮੀਦ ਵੀ ਹੈ ਕਿ 2 ਸਾਲਾਂ 'ਚ ਸਰਕਾਰ ਚਾਹੇ ਤਾਂ ਬਹੁਤ ਕੁਝ ਕਰ ਸਕਦੀ ਹੈ, ਪਰ ਜੇਕਰ ਸਰਕਾਰ ਦੀ ਨੀਅਤ ਹੋਵੇ ਕਰਨ ਦੀ। 3 ਸਾਲਾਂ ਦੇ ਵਿੱਚ ਕੈਪਟਨ ਸਾਹਿਬ ਨੇ ਜੋ ਬੜੇ ਬੜੀਆਂ ਗੱਲਾਂ ਕਹੀਆਂ ਸੀ, ਉਹਨਾਂ ਦੇ ਵਿੱਚੋਂ ਕੋਈ ਜਿਹੜੇ ਵਾਅਦੇ ਨੇ ਹਾਲੇ ਤੱਕ ਪੂਰੇ ਨਹੀਂ ਹੋਏ ਨੇ। ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕਦੇ ਹਾਂ, ਕੁਝ ਹੋਰ ਲੋਕਾਂ ਨਾਲ ਇਸ ਬਾਰੇ ਚਰਚਾ ਲਗਾਤਾਰ ਜਾਰੀ ਰੱਖਾਂਗੇ। ਅਤੇ ਕੈਪਟਨ ਸਾਹਿਬ ਨੇ 3 ਸਾਲਾਂ 'ਚ ਕੀ ਕੰਮ ਕੀਤਾ ਜੀ? ਅਸੀਂ ਲੋਕਾਂ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਪੁੱਛਦੇ ਹਾਂ ਕਿ ਕਿੰਨਾ ਕੰਮ ਹੋਇਆ 3 ਸਾਲ। ਭਾਅ ਜੀ ਕਿੰਨਾ ਤੁਹਾਡਾ? ਕੁਲਵਿੰਦਰ ਸਿੰਘ ਜੀ। ਭਾਅ ਜੀ ਤੁਸੀਂ ਦੱਸੋ, 3 ਸਾਲਾਂ 'ਚ ਕੈਪਟਨ ਸਾਹਿਬ ਨੇ ਜੋ ਵਾਅਦੇ ਕਰੇ ਸੀ, ਕਿੰਨੇ ਕੁ ਵਾਅਦੇ ਪੂਰੇ ਕਰਤੇ? ਕੁਛ ਵੀ ਨਹੀਂ ਬਈ ਜੀ, ਕੁਛ ਵੀ ਪੂਰਾ ਨਹੀਂ ਕੀਤਾ ਹੈਗਾ। ਕੋਈ ਵਾਅਦਾ ਨਹੀਂ ਪੂਰਾ ਹੋਇਆ ਹੈਗਾ। ਝੂਠੀਆਂ ਸੌਵਾਂ ਖਾਈ ਜਾਂਦੇ ਆ, ਕੁਛ ਨਹੀਂ ਕਰਿਆ, ਕੋਈ ਨਸ਼ਾ ਨਹੀਂ ਬੰਦ ਕਰਿਆ, ਕੁਛ ਵੀ ਨਹੀਂ ਹੋਇਆ ਹੈਗਾ। ਕੋਈ ਰੋਡਾਂ ਦੀ ਹਾਲਤ ਦੇਖ ਲਓ ਤੁਸੀਂ, ਇੱਥੇ ਤੁਸੀਂ ਲੰਘ ਕੇ ਆਏ ਹੋਣੇ ਆ, ਸੜਕਾਂ ਦੀ ਹਾਲਤ ਦੇਖ ਲਓ। ਸਕੂਲਾਂ ਦੇ ਸਿਰਫ ਉੱਪਰ ਦੁਬਾਰੇ ਪੇਂਟ ਕਰਾ ਕੇ ਲਿਖਤਾ ਸਮਾਰਟ ਸਕੂਲ, ਲਿਖਣ ਨਾਲ ਸਮਾਰਟ ਸਕੂਲ ਥੋੜ੍ਹੀ ਬਣ ਜਾਂਦੇ ਆ ਜੀ। ਕੋਈ ਕੁਛ ਵੀ ਨਹੀਂ ਹੋਇਆ ਹੈਗਾ ਜੀ। ਰਹਿ ਸਕੂਲਾਂ 'ਚ ਟੀਚਰ? ਚਲੋ ਸਾਡੇ ਪਿੰਡ ਤਾਂ ਫਿਰ ਵੀ ਹਾਲਾਤ ਠੀਕ ਹੈ, ਬਾਕੀ ਨਾਲ ਦੇ ਪਿੰਡ ਘੜੌਲੀ 'ਚ ਹੈਗੇ 1-2 ਟੀਚਰ ਹੈ, ਕੁਛ ਨਹੀਂ ਹੈ। ਅੱਛਾ, ਕਰਜ਼ ਮਾਫ਼ੀ ਦਾ ਬੜਾ ਵੱਡਾ ਵਾਅਦਾ ਸੀਗਾ, ਕਿਉਂਕਿ ਕਿਸਾਨੀ ਲਗਾਤਾਰ ਪੰਜਾਬ ਦੀ ਜਿਹੜੀ ਹੈ ਘਾਟੇ 'ਚ ਜਾ ਰਹੀ ਹੈ, ਕਿਸਾਨ ਖੁਦਕੁਸ਼ੀਆਂ ਕਰ ਰਿਹਾ। ਦੱਸੋ, 3 ਸਾਲਾਂ 'ਚ ਕੈਪਟਨ ਸਾਹਿਬ ਨੇ ਜਿਹੜਾ ਕਰਜ਼ ਮਾਫ਼ੀ ਦਾ ਵਾਅਦਾ ਕਰਿਆ, ਕਿਸੇ ਨੂੰ ਕੋਈ ਰਾਹਤ ਮਿਲੀ ਹੈ? ਕੋਈ ਫਾਇਦਾ ਹੋਇਆ ਉਹਦਾ? ਸਾਡੀ ਨਿਗਾਹ 'ਚ ਤਾਂ ਕੁਛ ਨਹੀਂ ਪਤਾ ਲੱਗਿਆ, ਕਿਸੇ ਦਾ ਨਹੀਂ ਹੋਇਆ ਹੈਗਾ ਜੀ। ਜੇ ਹੋਈ ਵੀ ਹੈ, ਕਿਸੇ ਦੇ 5, ਕਿਸੇ ਦੇ 10 ਇੱਦਾਂ ਹੋਏ ਹੈ ਜੀ। ਉਹ ਵੀ ਬਸ ਜਿਹੜੇ ਆਪਣੇ ਮੇਨ ਬੰਦੇ ਵਿੱਚ ਹੈ ਅਤੇ ਕੁਛ ਇਹਦੇ ਪਿੱਛੇ ਜੈਕ ਦੇ ਨਾਲ ਹੋ ਗਏ, ਉਹਨਾਂ ਦੇ ਹੋ ਗਏ, ਬਾਕੀ ਆਮ ਜਨਤਾ ਦਾ ਕੁਛ ਨਹੀਂ ਹੋਇਆ ਹੈਗਾ। ਜਿਨ੍ਹਾਂ 'ਚ ਕੋਈ ਪਹੁੰਚਤੀ ਉਹਨਾਂ ਦੇ ਹੋ ਗਏ ਹੈ, ਆਮ ਜਨਤਾ ਦਾ ਕੋਈ ਕੁਛ ਨਹੀਂ ਹੋਇਆ ਹੈਗਾ। ਕੁਛ ਵੀ ਨਹੀਂ ਬਣਾਇਆ ਜੀ ਇਹਨਾਂ ਨੇ, ਕੁਛ ਨਹੀਂ ਕਰਿਆ ਹੈਗਾ, ਕੁਛ ਵੀ ਨਹੀਂ ਦਿੱਤਾ ਜੀ। ਆ ਦਿੱਲੀ ਵਾਲਾ ਹਾਲ ਹੋਊਗਾ ਜੀ ਹੁਣ। ਹਾਂਜੀ, ਆ ਕੇਜਰੀਵਾਲ ਨਾਲ ਬੱਲੇ ਬੱਲੇ ਕਰਾਤੀ ਜੀ, ਇੱਥੇ ਵੀ ਹੋਊਗੀ, ਤਾਂ ਹੀ ਸੁਧਰੂਗਾ ਮਾੜਾ ਮੋਟਾ ਪੰਜਾਬ, ਨਹੀਂ ਤਾਂ ਬੇੜਾ ਕਰਕੇ। ਹਾਂਜੀ, ਬੁਰੇ ਹੀ ਹਾਲ ਹੈ ਜੀ। ਮੈਂ ਕਹਿੰਦਾ ਕਿਆ ਦੱਸਾਂ,
ਬਾਕੀ ਤੁਹਾਨੂੰ ਹਾਲਾਤ ਪਤਾ ਹੀ ਆ ਪੰਜਾਬ ਦੇ ਕਿਆ ਹੋ ਰਹੇ। ਟੀਚਰ ਜਿਹੜੇ ਸੀਗੇ ਪਿੱਛੇ ਕੱਲ੍ਹ ਪਰਸੋਂ ਦੇਖਿਆ ਕਿ ਪਟਿਆਲੇ ਦੇ ਵਿੱਚ ਪ੍ਰੋਟੈਸਟ ਕਰ ਰਹੇ ਸੀ, ਲਾਠੀ ਚਾਰਜ ਹੋਇਆ ਅਤੇ ਕੁੱਟਮਾਰ ਹੋਈ ਹੈ। ਲੱਗਦਾ ਕਿ ਜਿਹੜਾ ਰੁਜ਼ਗਾਰ ਮੰਗਦਾ ਹੈ ਕੈਪਟਨ ਸਰਕਾਰ ਡੰਡੇ ਦਿੰਦੀਆਂ ਨੂੰ, ਉਹ ਤਾਂ ਦਿੰਦੀ ਹੈ ਜੀ। ਉਹੀ ਤੁਹਾਨੂੰ ਕਹਿ ਕੇ ਹਟੇ ਜਿਹੜੇ ਹੈਗੇ ਉਹ ਵੀ ਖੋਲ੍ਹੇ ਜੀ। ਆ ਟੀਚਰਾਂ ਦੀ ਤਨਖਾਹ ਘੱਟ ਕਰਤੀਆਂ ਜੀ, ਉਹ ਆਪਣਾ ਹੱਕ ਮੰਗਦੇ ਆ, ਹੁਣ ਹੱਕ ਦੀ ਜਗ੍ਹਾ ਉਹਨੂੰ ਡੰਡੇ ਮਿਲਦੇ। ਫਿਰ ਜਿਹੜੇ ਇਹਨਾਂ ਦੇ ਰੁਜ਼ਗਾਰ ਮੇਲੇ ਲਾਏ ਸੀ, ਕੋਈ ਫਾਇਦਾ ਹੋਇਆ ਉਹਨਾਂ ਦਾ? ਲੱਗਦਾ ਕਿ ਵੈਸੇ ਹੀ ਦਿਖਾਵਾ ਸੀ ਰੁਜ਼ਗਾਰ ਮੇਲੇ ਲਾਏ ਤਾਂ ਨਾ ਜੀ ਕਾਲਜਾਂ ਦੇ ਵਿੱਚ, ਉਹ ਤਾਂ ਵੈਸੇ ਵੀ ਲੱਗਦੇ ਆ ਜੀ। ਕਾਲਜ ਆਪਣੇ ਜਿਹੜੇ ਸਟੂਡੈਂਟ ਕੱਢਦੀ ਹੈ ਉਹਨਾਂ ਨੂੰ ਨੌਕਰੀ ਦਿੰਦੀ ਹੈ, ਉਹਨਾਂ ਨੂੰ ਇਹਨਾਂ ਨੇ ਕਹਿਤਾ ਵੀ ਅਸੀਂ ਕੈਪਟਨ ਨੇ ਲਾਇਆ ਰੁਜ਼ਗਾਰ ਮੇਲਾ, ਇਹਦੇ ਤਾਂ ਕੁਛ ਨਹੀਂ ਕਰਿਆ ਉਹਨਾਂ ਨੇ ਜੀ। ਬਿਜਲੀ ਸਮਝੌਤੇ ਰੱਦ ਕਰਨੇ ਸੀ, ਕਿਉਂ ਨਹੀਂ ਰੱਦ ਕਰਦੇ? ਇਹਦਾ ਜੀ ਹੁਣ ਪਲਾਂਟ ਆ ਸਕਦਾ ਜੀ, ਉਹ ਕਹਿੰਦਾ ਤਾਂ ਮੈਂ ਪੰਜਾਬ ਦੀ ਚੰਗੀ ਹਾਲਤ ਕਰੂੰਗਾ, ਇਹਨੇ ਬੱਤਰ ਕਰਤੀ ਜ਼ਿਆਦਾ। ਬਸ ਤੁਸੀਂ ਕੀ ਕਹਿਣਾ ਚਾਹੋਗੇ? ਬੇੜਾ ਗਰ ਕਰਤਾ ਜੀ, ਜਿਹੜਾ ਬੰਦਾ ਸਹੁੰ ਖਾ ਕੇ ਮੁੱਕਰ ਗਿਆ ਉਹ ਹੋਰ ਕੀ ਕਰ ਸਕਦਾ, ਉਹ ਤਾਂ ਉੱਪਰ ਨੂੰ ਤਾਂ ਕੁਛ ਨਹੀਂ ਹੈਗਾ, ਹੋਰ ਵਾਅਦੇ ਕੇ ਪੂਰੇ ਕਰਨੇ। ਤੁਸੀਂ ਕੋਈ ਉਮੀਦ ਕਰਦੇ ਵੀ ਜਿਹੜਾ ਬੇਅਦਬੀਆਂ ਦਾ ਮਸਲਾ ਹੋਵੇ ਜਾਂ ਫਿਰ ਜਿਹੜਾ ਗੋਲੀ ਕਾਂਡ ਹੋਇਆ ਹੈ ਬਰਗਾੜੀ ਦੇ ਵਿੱਚ ਹੋਇਆ, ਉਹਨਾਂ ਦਾ ਕੋਈ ਇਨਸਾਫ ਮਿਲੂਗਾ ਸਿੱਖਾਂ ਨੂੰ? ਨਹੀਂ ਨਹੀਂ, ਇਹਨਾਂ ਨੇ ਕਿੱਥੇ ਦੇਣਾ ਇਨਸਾਫ, ਕਰਾਉਣ ਵਾਲੇ ਤਾਂ ਆਪ ਵਿੱਚ ਬੈਠੇ ਨਾ ਜੀ, ਨਾ ਕੁੱਤੀ ਚੋਰ ਨਾਲ ਵਾਲੀ ਵੀ ਆ ਜੀ, ਦੋਨੇ ਇੱਕੋ ਜਿਹੇ ਆ। ਇਹ ਤਾਂ ਗਵਾਹਾਂ ਦੀ ਉਲਟਾ, ਜਿਹੜੇ ਗਵਾਹ ਤੇ ਬਰਗਾੜੀ ਦੇ ਹੈ ਤੇ ਉਹਦੀ ਕਿਆ ਸੁਣਵਾਈ ਕਰੀ ਇਹਨਾਂ ਨੇ ਜੀ? ਕਾਂਗਰਸ ਦੇ ਉੱਥੇ ਐਮ ਐਲ ਏ ਕਿੰਨੇ ਇਲਜ਼ਾਮ ਲੱਗਿਆ, ਕੋਈ ਕੁਝ ਵੀ ਨਹੀਂ ਹੋਇਆ ਹੈਗਾ। ਗਵਾਹ ਪਰਿਵਾਰਾਂ ਨੂੰ ਆਉਂਦੇ ਨੇ ਕਿਹਾ ਵੀ ਅਸੀਂ ਜਾਂਦੇ ਰਹੇ ਉਹਨਾਂ ਕੋਲ, ਐਮ ਐਲ ਏ ਕੋਲ ਗਏ, ਕਿਸੇ ਕੋਲ ਵੀ ਗਏ ਆ, ਕੋਈ ਸੁਣਵਾਈ ਨਹੀਂ ਹੋਈ ਉਹਨਾਂ ਦੀ। ਅੱਛਾ, ਇੱਕ ਵੱਡਾ ਮਸਲਾ ਸੀ ਕਿ ਪੰਜਾਬ ਦੇ ਵਿੱਚ ਜੇ ਗੁਰੂ ਗ੍ਰੰਥ ਸਾਹਿਬ ਨੂੰ ਦੇ ਮਸਲੇ ਦੇ ਉੱਤੇ ਲੋਕਾਂ ਨੂੰ ਇਨਸਾਫ ਨਹੀਂ ਮਿਲ ਸਕਦਾ ਤਾਂ ਪੰਜਾਬ ਦੇ ਲੋਕ ਫਿਰ ਉਮੀਦ ਕੀ ਤੋਂ ਕਰਨਗੇ? ਤੁਹਾਨੂੰ ਲੱਗਦਾ ਕਿ ਕਿਸੇ ਦੇ ਉੱਤੇ ਭਰੋਸਾ ਕਰ ਸਕਦੇ ਆ ਪੰਜਾਬ ਦੇ ਲੋਕ ਕਿ ਇਹਨਾਂ ਮਸਲਿਆਂ 'ਚ ਘੱਟੋ ਘੱਟ ਜਿਵੇਂ 84 ਨੂੰ ਕਈ ਕਈ ਸਾਲ ਲੋਕਾਂ ਨੂੰ ਉਡੀਕ ਕਰਨੀ ਪਈ ਅਤੇ ਇੱਦਾਂ ਹੀ ਗੁਰੂ ਗ੍ਰੰਥ ਸਾਹਿਬ ਦੇ ਮਸਲੇ 'ਚ ਵੀ ਲੋਕਾਂ ਨੂੰ ਹੁਣ ਇਸੇ ਤਰੀਕੇ ਕਈ ਸਾਲ ਉਡੀਕ ਕਰਨੀ ਪਊਗੀ? ਦੇਖੋ ਹੁਣ ਕੁਛ ਨਹੀਂ ਕਹਿ ਸਕਦੇ ਹੈਗੇ ਜੀ, ਸਾਰੀ ਇੱਕੇ ਤਰ੍ਹਾਂ ਦੇ ਹੈ, ਜਨਤਾ ਦਾ ਮਸਲਾ ਤਾਂ ਕੋਈ ਹੱਲ ਨਹੀਂ ਕਰਦਾ ਹੈਗਾ ਜੀ। ਸਭ ਨੂੰ ਆਪਣੀ ਆਪਣੀ ਜੋ ਬੋਲੂਗੇ ਉਹਨੂੰ ਪਹਿਲਾਂ ਪਤਾ, ਮੈਨੂੰ ਪਾਰਟੀ ਦੇ ਕਿਆ, ਪਾਰਟੀ ਦੇ ਡਰ ਦਾ ਗੱਲ ਕੋਈ ਪੋਲੀਟੀਕਲ ਬੋਲਦਾ ਹੀ ਨਹੀਂ ਹੈਗਾ, ਪਾਰਟੀ ਦੇ ਆਪਣੇ ਦੇ ਬਾਹਰ ਕੋਈ ਨਹੀਂ ਜਾਂਦਾ ਹੈਗਾ ਜੀ, ਸਭ ਨੂੰ ਆਪਣੀ ਆਪਣੀ ਹੈ। ਤੁਸੀਂ ਇੱਕ ਪੈਸੇ ਦੱਸੋ ਕਿ ਤੁਸੀਂ ਪੰਜਾਬ ਦੀ, ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਨੇ ਜਿਹੜੀ ਐੱਸ ਆਈ ਟੀ ਬਣਾਈ ਹੈ, ਸੀ ਬੀ ਆਈ ਦੇ ਕੋਲ ਵੀ ਕੇਸ ਗਿਆ ਸੀ, ਭਰੋਸਾ ਕਿਤੇ ਕਰ ਸਕਦੇ ਆ ਲੋਕ ਵੀ ਕੌਣ ਹੈ ਜਿਹੜਾ ਇਨਸਾਫ ਦਵਾ ਸਕਦਾ? ਲੱਗਦਾ ਕਿ ਜੇਕਰ ਕੋਰਟ ਦਾ ਕੋਈ ਜੱਜ ਲਾਇਆ ਜਾਵੇ ਉਹ ਇਨਸਾਫ ਦਵਾ ਸਕਦਾ? ਤਾਂ ਸਾਰੀ ਜੀ ਉਹਨਾਂ ਦੀ ਹੈ, ਜਿਹੜੇ ਕੋਈ ਜਿਹੜਾ ਬੰਦਾ ਸੱਚਾ ਉਹਨੂੰ ਲਾਉਣਾ ਹੀ ਨਹੀਂ ਇਹਨਾਂ ਨੇ ਜੀ। ਜਿਹਦਾ ਪਤਾ ਵੀ ਜਿਹੜੇ ਕੋਈ ਪੁਲਿਸ ਅਫਸਰ, ਕੋਈ ਜੱਜ ਆ ਜਿਹਦਾ ਪਤਾ ਉਹਨਾਂ ਸੱਚਾਈ ਤੱਕ ਜਾਣ, ਉਹਨੂੰ ਦੇਣਾ ਹੀ ਨਹੀਂ ਇਹਨਾਂ ਨੇ, ਉਹ ਐੱਸ ਟੀ ਡੀ ਦਾ ਮੈਂਬਰ ਹੀ ਨਹੀਂ ਬਣਾਉਣਾ ਇਹਨਾਂ ਨੇ, ਲਗਾਉਣਾ ਹੀ ਨਹੀਂ ਉਹਨੂੰ, ਲਗਾਉਣੀ ਇਹਨਾਂ ਨੇ ਜਿਹੜੇ ਜਿਹਨਾਂ ਇਹਨਾਂ ਪੁੱਛ ਕੇ ਕੰਮ ਕਰਨਾ ਹੈ, ਇਹਨਾਂ ਦੇ ਕਹੇ 'ਤੇ ਚੱਲਣਾ, ਉਹੀ ਲਗਾਉਣਾ ਇਹਨਾਂ ਨੇ। ਕੋਈ ਭਰੋਸਾ ਨਹੀਂ ਭਾਅ ਜੀ ਸਰਕਾਰ ਦੇ, ਇਸ ਸਰਕਾਰ ਦੇ? ਨਾ ਜੀ ਨਾ, ਬਿਲਕੁਲ ਸਾਲ ਰਹਿ ਗਏ, ਦੋ ਸਾਲ 'ਚ ਕਰੂੰਗੇ ਜਦ 3 ਸਾਲ ਮੈਂ ਨਹੀਂ ਹੋਏ, 2 ਸਾਲ ਮੈਂ ਕਿਆ ਹੋਣਾ ਜੀ? ਕਹਿੰਦੇ 3 ਸਾਲ ਸਾਨੂੰ ਸੁਧਾਰਨ ਲਈ ਚਾਹੀਦੇ ਸੀ। ਇੱਕ ਇਹ ਵੀ ਕਹਿੰਦੇ ਆ ਕਿ ਅਕਾਲੀਆਂ ਨੇ 10 ਸਾਲਾਂ 'ਚ ਇੰਨਾ ਬੁਰਾ ਹਾਲ ਕਰਤਾ ਸੀ ਵੀ ਸਾਨੂੰ 5 ਸਾਲ ਵੀ ਘੱਟ ਹੈ, ਪਰ ਅਸੀਂ ਬੜਾ 3 ਸਾਲਾਂ 'ਚ ਸੁਧਾਰਤਾ, 2 ਸਾਲਾਂ 'ਚ ਹੋਰ ਕਰਾਂਗੇ। ਇਹਦਾ 4 ਮਹੀਨੇ ਮੈਂ ਕਹਿੰਦੇ ਤੇ ਜੀ ਵੀ ਨਸ਼ੇ ਬੰਦ ਕਰਾ ਦੂੰਗੇ, ਐਂ ਕਰਾ ਦੂੰਗੇ, ਐਂ ਕਰਾ ਦੂੰਗੇ, ਹੋਏ ਤਾਂ ਕੁਛ ਨਹੀਂ ਹੁਣ ਤੱਕ ਜੀ। ਹਾਂ, ਜ਼ਮੀਨਾਂ ਜਮੂਨਾਂ ਖਰੀਦਣ ਰਹਿੰਦੀਆਂ ਹੋਣੀਆਂ, ਉਹ ਖਰੀਦ ਕੇ ਕੋਠੀਆਂ ਪਾ ਲੂੰਗੇ, ਹੋਰ ਹੋਰ ਤਾਂ ਕੁਛ ਨਹੀਂ ਕਰ ਸਕਦੇ ਜੀ। ਕੋਈ ਉਮੀਦ 2 ਸਾਲ 'ਚ? ਬਿਲਕੁਲ ਜੀ ਬਿਲਕੁਲ, ਪੈਸੇ ਇਕੱਠੇ ਲੱਗੇ ਮੈਂ ਕਰਨ ਆਪਣੇ ਆਪਣੇ, ਐੱਮ ਐੱਲ ਏ ਦੀਆਂ ਤਨਖਾਹਾਂ ਵਧਾਈ ਜਾਂਦੇ, ਆਮ ਲੋਕਾਂ ਨੂੰ ਖਾਈ ਜਾਂਦੇ, ਹੋਰ ਕੀ ਕਰ ਸਕਦੇ? ਕੁਛ ਨਹੀਂ ਕਰਦੇ, ਲੋਕ ਉਸ ਤਰ੍ਹਾਂ ਹੀ ਮਰ ਰਹੇ। ਬਹੁਤ ਬਹੁਤ ਧੰਨਵਾਦ ਭਾਅ ਜੀ, ਤੁਸੀਂ ਸਾਡੇ ਨਾਲ ਗੱਲਬਾਤ ਕਰੀ। ਹਾਂਜੀ ਹਾਂਜੀ, ਝਾੜੂ ਫਿਰਨਾ ਤਾਂ ਗੰਦ ਸਾਫ਼ ਹੋਣਾ ਜੀ। ਝਾੜੂ ਵਾਲੇ ਵੀ ਤਾਂ ਭਾਅ ਜੀ ਆਪਸ ਵਿੱਚ ਲੜੀ ਜਾਂਦੇ ਆ, ਭਗਵੰਤ ਮਾਨ ਹੋ ਗਿਆ ਆਪਸ ਵਿੱਚ ਸਾਰੇ ਰੁਲਜੇ ਫਿਰਦੇ, ਹੋ ਜਾਣਗੇ ਸੈੱਟ, ਇਹ ਹੁਣ ਸੈੱਟ ਹੋ ਜਾਣਗੇ ਇਹ, ਕਿਉਂਕਿ ਦੇਖੋ ਜੀ ਕਿੰਨੇ ਉਹਦੇ ਨਾਲ ਆਇਆ ਹੈ ਦਿੱਲੀ 'ਚ, ਹੁਣ ਹੋ ਜੂਗਾ ਜੀ ਇਹਨਾਂ ਦਾ। ਇੱਕਾ ਹੋ ਰਿਹਾ ਹੁਣ, ਇਹ ਝਾੜੂ ਇਹ ਪਾੜੂਗਾ ਜੀ ਇਹਨਾਂ ਨੂੰ, ਪੰਜਾਬ 'ਤੇ ਵੀ ਪੈਣਾ ਜੀ। ਹਾਂਜੀ, ਇਹ ਦੱਸੋ ਕਿ ਇੱਕ ਪਾਸੇ ਉਹ ਟਕਸਾਲੀ ਇਕੱਠੇ ਹੋ ਗਿਆ, ਇੱਕ ਪਾਸੇ ਆਮ ਆਦਮੀ ਪਾਰਟੀ ਵੀ ਕਹਿ ਰਹੀ ਹੈ ਕਿ ਅਸੀਂ ਪੁਰਾਣੇ ਲੀਡਰਾਂ ਨੂੰ ਵੀ ਨਾਲ ਜੋੜਾਂਗੇ, ਲੱਗਦਾ ਕਿ ਸਾਰੇ ਇਕੱਠੇ ਹੋ ਸਕਦੇ ਆ? ਇਹ ਤਾਂ ਨਹੀਂ ਹੋ ਸਕਦੇ, ਇਹ ਆਪਣਾ ਝਾੜੂ ਵਾਲੇ ਜ਼ਰੂਰ ਹੋਣਗੇ ਜੀ। ਹਾਂ, ਇਹ ਤਾਂ ਡੱਕਾ ਲਾਉਣ ਵਾਲੇ ਨੇ, ਹਾਂ ਡੱਕਾ ਲਾਉਣ ਵਾਲੇ ਆ ਇਹ। ਬਸ ਜਦ ਇਲੈਕਸ਼ਨ ਆ ਜਾਂਦੇ ਆ ਲਾਗ, ਫਿਰ ਕੋਈ ਨਾ ਕੋਈ ਭੰਬੂ ਘਾੜਾ ਜਿਹਾ ਕਰਦੇ ਰਹਿੰਦੇ ਹਾਂ ਜੀ। ਹਾਂ, 2022 'ਚ ਆਮ ਆਦਮੀ ਪਾਰਟੀ ਆਊਗੀ, ਆਉਣੀ ਚਾਹੀਦੀ, ਆਊਗੀ 100% ਆਊਗੀ, ਤਾਂ ਹੀ ਗੰਦ ਸਾਫ਼ ਹੋਣਾ ਜੀ, ਤਾਂ ਹੀ ਨਿਖਰਨਗੇ ਸਾਰੇ। ਆਹ ਦੇਖ ਲਓ ਵਿਹਲੇ ਬੈਠੇ ਤਾਸਾਂ ਕੁੱਟ ਰਹੇ ਜੀ, ਬੁਰਾ ਹਾਲ ਹੈ, ਕਿਆ ਕਰੇ ਵਿਚਾਰੇ, ਪੜ੍ਹੇ ਲਿਖੇ ਬੈਠੇ ਜੀ ਸਾਰੇ। ਬਹੁਤ ਧੰਨਵਾਦ ਜੀ ਤੁਹਾਡਾ, ਤੁਸੀਂ ਸਾਡੇ ਨਾਲ ਗੱਲ ਕਰੀ ਜੀ। ਅਤੇ ਲੋਕਾਂ ਦਾ ਇਹ ਕਹਿਣਾ ਜੀ ਕਿ ਬੜੇ ਵਾਅਦੇ ਬੜੇ ਕੀਤੇ ਸੀ ਕੈਪਟਨ ਸਾਹਿਬ ਨੇ, ਪਰ ਉਹ ਵਾਅਦੇ ਜਿਹੜੇ ਸੀਗੇ ਉਹਨਾਂ ਨੂੰ ਨਿਭਾ ਨਹੀਂ ਸਕਿਆ, ਇਸ ਲਈ ਹੁਣ 2 ਸਾਲ ਰਹਿ ਗਏ ਨੇ। 2 ਸਾਲਾਂ 'ਚ ਦੇਖੋ ਜੇਕਰ ਕੈਪਟਨ ਸਾਹਿਬ ਕੋਈ ਇੱਦਾਂ ਵੱਡਾ ਵਾਅਦਾ ਪੂਰਾ ਕਰ ਲੈਂਦੇ ਆ, ਨਹੀਂ ਤਾਂ ਲੋਕਾਂ ਨੂੰ ਲੱਗਦਾ ਹੈ ਕਿ ਕੋਈ ਉਮੀਦ ਨਹੀਂ ਹੈ, ਜਦੋਂ 3 ਸਾਲਾਂ 'ਚ ਕੁਝ ਨਹੀਂ ਕੀਤਾ ਤਾਂ ਆਉਣ ਵਾਲੇ 2 ਸਾਲਾਂ 'ਚ ਕੀ ਕਰਨਗੇ। ਇਸ ਦੇ ਨਾਲ ਹੀ ਅੱਜ ਦੇ ਪੰਜਾਬ ਬੋਲਦਾ